ਕੌન્સਲਾ ਕਰਫਤੇ ਦੁਨੀਆ ਕੀ ਸੁਖ ਦੁਖ ਤੇ ਤਾਣਾ ਬਾਣਾਏ ਜੋ ਡਿਗਦੇ ਨੇ ਉਹ ਟਹਿ ਜਾਂਦੇ ਚਲ ਸਮੇਂ ਦੇ ਨਾਲ ਕਿ ਤੈਨੂੰ ਇਤਿਹਾਸ ਬਣਾਉਣਾ ਹੈ ਰੂਬਰੂ ਪ੍ਰੋਗਰਾਮ ਵੇਖ ਰਏ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਸੁਖਬੀਰ ਕਾਰ ਰੂਬਰੂ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਮਾਨਮੱਤੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਹਾਂ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਨਾਮਨਾ ਖੱਟਿਆ ਹੁੰਦਾ ਤੇ ਆਪਣੀ ਵਿਲੱਖਣ ਪਹਿਚਾਨ ਬਣਾਈ ਹੁੰਦੀ ਹੈ ਤੇ ਅੱਜ ਅੱਜ ਦਾ ਪ੍ਰੋਗਰਾਮ ਹੈ ਜੀ ਬਹੁਤ ਹੀ ਖਾਸ ਕਿਉਂਕਿ ਅੱਜ ਮੈਂ ਜਿਸ ਸਖਸ਼ियत ਨੂੰ ਤੁਹਾਡੇ ਰੂਬਰੂ ਕ੍ਰਾਣ ਜਾ ਰਹੀਆਂ ਉਹ ਆਪਣੇ ਆਪ 'ਚ ਇੱਕ ਮਿਸਾਲ ਨੇ ਜੇਕਰ ਮੈਂ ਉਹਨਾਂ ਦੇ ਫਿਲਮੀ ਕਰੀਅਰ ਦੀ ਗੱਲ ਕਰਾਂ ਤੇ ਸੁਪਰ ਡੁਪਰ ਫਿਲਮ ਆਈ ਸੀ ਸਰਪਜੀਤ ਤੇ ਜੇਕਰ ਮੈਂ ਪੰਜਾਬੀ ਫਿਲਮ ਦੀ ਗੱਲ ਕਰਾਂ ਤੇ ਜਗ ਜਿਉਂਦਿਆਂ ਦੇ ਮੇਲੇ ਫਿਲਮ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਭੂਮਿਕਾ ਨਿਭਾਈ ਤੇ ਲਗਭਗ 150 ਦੇ ਕਰੀਬ ਫਿਲਮਾਂ ਜਿਹੜੀਆਂ ਨੇ ਉਹਨਾਂ ਦੀਆਂ ਰਿਲੀਜ਼ ਹੋ ਚੁੱਕੀਆਂ ਨੇ ਤੇ ਜੇਕਰ ਮੈਂ ਇਹ ਗੱਲ ਕਹਾਂ ਕਿ ਉਹਨਾਂ ਤੋਂ ਬਿਨਾ ਅੱਜਕੱਲ ਕੋਈ ਫਿਲਮ ਹਿੱਟ ਵੀ ਨਹੀਂ ਹੁੰਦੀ ਤੇ ਮੇਰੇ ਖਿਆਲ ਦੇ ਵਿੱਚ ਅਤਕਤਨੀ ਨਹੀਂ ਹੋਏਗੀ ਰੋਪੜ ਜ਼ਿਲ੍ਹੇ ਦਾ ਪਿੰਡ ਰੌਣੀ ਜੀ ਹਾਂ ਬਿਲਕੁਲ ਮੇਰੇ ਦਰਸ਼ਕਾਂ ਨੇ ਸਹੀ ਅੰਦਾਜ਼ਾ ਲਗਾਇਆ ਅੱਜ ਮੈਂ ਤੁਹਾਨੂੰ ਰੂਬਰੂ ਕਰਾਂ ਜਾ ਰਹੀਆਂ ਮਲਕੀਤ ਸਿੰਘ ਰੌਣੀ ਹੋਣਾ ਦੇ ਨਾਲ ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ ਬਾਤ ਬਾਤ ਬਹੁਤ ਬਹੁਤ ਮਿਹਰਬਾਨੀ ਅੱਜ ਅਸੀਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਤੁਹਾਡੀਆਂ ਫਿਲਮਾਂ ਦੇ ਨਾਲ ਜੁੜੀਆਂ ਤੁਹਾਡੀ ਸਾਹਿਤਿਕ ਰੁਚੀ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਅਰ ਆਗਾਜ਼ ਇਥੋ ਹੀ ਜਿਵੇਂ ਮੈਂ ਗੱਲ ਕੀਤੀ ਕਿ ਲਗਭਗ 150 ਦੇ ਕਰੀਬ ਜਿਹੜੀਆਂ ਫਿਲਮਾਂ ਦੇ ਵਿੱਚ ਤੁਸੀਂ ਭੂਮਿਕਾ ਨਿਭਾ ਚੁੱਕੇ ਹੋ ਔਰ ਤੁਹਾਡੀਆਂ ਫਿਲਮਾਂ ਜਿਹੜੀਆਂ ਨੇ ਰੀਲੀਜ਼ ਹੋ ਚੁੱਕਿਆ ਨੇ ਐਜ਼ ਆ ਸੁਪੋਰਟਿੰਗ ਆਰਟਿਸਟ ਜਿਹੜਾ ਹੈ ਤੁਸੀਂ ਫਿਲਮਾਂ ਦੇ ਵਿੱਚ ਕੰਮ ਕਰਦੇ ਹੋ ਔਰ ਕਿਰਸਾਨੀ ਪਰਿਵਾਰ ਦੇ ਨਾਲ ਸੰਬੰਧ ਹੋਣਾ ਤੇ ਫਿਲਮਾਂ ਵਾਲ ਕਿਵੇਂ ਫਿਰ ਇਹ ਬਚਪਨ ਤੋਂ ਬਸ ਸ਼ੌਕ ਕਹੋ ਜੀ ਕਿ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਉਦੋਂ ਛੋਟੇ ਛੋਟੇ ਨਾਟਕ ਕਰਨੇ ਸਕੂਲਾਂ ਦੇ ਵਿੱਚ ਕਿੱਟਾ ਸੁਣਾਉਣੀਆਂ ਜਾਂ ਭਾਸ਼ਣ ਮੁਕਾਬਲਿਆਂ ਚ ਕਵਤਾ ਗਾਉਣੇ ਐਦਾਂ ਕਰਕੇ ਇੱਕ ਸ਼ੌਕ ਸ਼ੁਰੂ ਹੋਇਆ ਤੇ ਫਿਰ ਅਸੀਂ ਪਿੰਡ ਦੇ ਕੁਝ ਲੋਕਾਂ ਨੇ ਇਕੱਠੇ ਹੋ ਕੇ ਕੁਝ ਸਾਡੀ ਕਲਾਸ ਦੇ ਓਮੇਟ ਸੀ ਜਿਹੜੇ ਉਹਨਾਂ ਨੇ ਇਕੱਠੇ ਹੋ ਕੇ ਇੱਕ ਨਾਟਕ ਕਰਨਾ ਸ਼ੁਰੂ ਕੀਤਾ ਜਿਹੜਾ ਸਾਡੇ ਸਲੇਪਸ ਵਿੱਚ ਵੀ ਸੀ ਜੀ ਸੋ ਗੱਲ ਕਈ ਵਾਰ ਫੋਨ ਤੇ ਹਾਸੀ ਵੀ ਆਉਂਦੀ ਹੈ ਪੁਰਾਣੀਆਂ ਗੱਲਾਂ ਸੋਚ ਕੇ ਅ ਸਭ ਤੋਂ ਪਹਿਲਾਂ ਜ਼ਿੰਦਗੀ ਦੇ ਵਿੱਚ ਮੈਂ ਨਾਟਕ ਕੀਤਾ ਤੇ ਉਹ ਸੰਸਕ ਸੇਖ ਹੋਰਾਂ ਦੀ ਕਹਾਣੀ ਸੀਗੀ ਜੀ ਅ ਉਹਦੇ ਵਿੱਚ ਮੈਂ ਇੱਕ ਬਜ਼ੁਰਗ ਲੇਡੀ ਦਾ ਰੋਲ ਕੀਤਾ ਸੀ ਜੀ ਤੇ ਮੈਨੇ ਅਸੀਂ ਪਿੰਡ ਹੀ ਪਲੇ ਕੀਤਾ ਆਪਣੇ ਤੇ ਬਾਅਦ ਚੋਂ ਬੰਦੇ ਪੁੱਛਦੇ ਫਿਰ ਵੀ ਉਹ ਜਿਹੜੀ ਬਜ਼ੁਰਗ ਹੋਰ ਸੀ ਉਹ ਕਿੱਥੇ ਆ ਉਹ ਇੱਥੋਂ ਦੀ ਸੀ ਉਹ ਕੌਣ ਸੀ ਉਹ ਸੋ ਮੈਂ ਉਹ ਰੁਕੀ ਟੈਸਟਰਾ سلسلہ ਸ਼ੁਰੂ ਹੋਇਆ ਫਿਰ ਹੌਲੀ ਸਕੂਲ ਦੇ ਵਿੱਚ ਕਰਦੇ ਰਹੇ ਕੰਪੀਟੀਸ਼ਨ ਅਚ ਕਰਦੇ ਰਹੇ ਫਿਰ ਕਾਲਜ ਚਲੇ ਗਏ ਫਿਰ ਯੂਥ ਫੈਸਟੀਵਲਸ ਕਰਦੇ ਰਹੇ ਕਾਲਜ ਯੂਨੀਵਰਸਿਟੀ ਤੱਕ ਇਦਾਂ ਕਰਦੇ ਕਰਦੇ ਇਸ ਮੁਕਾਮ 'ਤੇ ਪਹੁੰਚੇ ਜੀ ਜਦੋਂ ਮੈਂ 6ਵੇਂ 'ਚ ਪੜਦਾ ਸੀ ਤਾਂ ਸਾਡੇ ਸਕੂਲ ਦੇ ਵਿੱਚ ਨਾ ਇੱਕ ਵਾਰ ਭਾਜੀ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਨਾਟਕ ਕਰਨ ਲਈ ਆਏ ਜੀ ਤਾਂ ਉਹ ਜਦੋਂ ਨਾਟਕ ਕਰ ਰਹੇ ਸੀ ਸਾਨੂੰ ਸਾਡੇ ਜਿਹੜੇ ਟੀਚਰ ਸੀ ਸਟੇਜ ਕੰਡਕਟ ਕਰ ਰਹੇ ਸੀ ਉਹਨਾਂ ਨੇ ਦੱਸਿਆ ਬੋਲ ਕੇ ਕਿ ਉਹ ਬੰਦਾ ਨਾਟਕ ਕਰਨ ਲਈ ਆਇਆ ਹੈ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਜਿਹੜਾ ਪਹਿਲਾ ਪ੍ਰੋਜੈਕਟ ਸਾਡਾ ਬਣਿਆ ਸੀ ਪੰਡਤ ਜੋਹਰ ਲਾਲ ਨਹਿਰੋ ਜੀ ਨੇ ਕਿਹਾ ਸੀ ਕਿ ਅਸੀਂ ਹਿੰਦੁਸਤਾਨ ਦਾ ਮੰਦਰ ਬਣਾਉਣ ਜਾ ਰਹੇ ਹਾਂ ਜੀ ਪਹਿਲਾ ਪ੍ਰੋਜੈਕਟ ਪੰਜਾਬ ਦੇ ਵਿੱਚ ਲੱਗਿਆ ਉਹ ਹੈਗਾ ਸੀ ਭਾਗਨਾ ਡੈਮ ਨੰਗਲ ਡੈਮ ਜੀ ਨੂੰ ਕਹਿੰਦੇ ਆ ਜੀ ਸੋ ਉਹ ਜਿਹੜੇ ਪੰਜ ਇੰਜੀਨੀਅਰ ਲੋਕਾਂ ਨੇ ਬਣਾਇਆ ਉਹਨਾਂ ਚ ਇੱਕ ਇੰਜੀਨੀਅਰ ਸਰਦਾਰ ਗੁਰਸ਼ਰਨ ਸਿੰਘ ਸੀ ਜੀ ਸੋ ਵੀ ਉਹ ਇੰਜੀਨੀਅਰ ਬੰਦਾ ਤੁਹਾਨੂੰ ਨਾਟਕ ਦਿਖਾਉਣ ਆ ਰਿਹਾ ਹੈ ਜੀ ਅਸੀਂ 6ਵੀਂ ਕਲਾਸ ਪੜ੍ਹਦੇ ਸੀ ਅਸੀਂ ਲੱਗੇ ਵੀ ਇੰਜੀਨੀਅਰ ਬੰਦਾ ਵੀ ਨਾਟਕ ਕਰਦਾ ਸਾਡੇ ਲਈ ਵੱਡੀ ਗੱਲ ਸੀ ਇਹ ਸਾਨੂੰ ਲੱਗਿਆ ਵੀ ਇੰਜੀਨੀਅਰ ਬ ਪਰ ਉਹਨਾਂ ਨੇ ਐਨੀ ਸਰਲ ਭਾਸ਼ਾ ਚ ਨਾਟਕ ਕੀਤਾ ਉਹ 6ਵੀਂ ਕਲਾਸ ਦੇ ਬੱਚਿਆਂ ਨੂੰ ਵੀ ਸਮਝ ਆਇਆ ਉਸ ਦਿਨ ਮੇਰੀ ਜ਼ਿੰਦਗੀ ਦਾ ਗੋਲ ਬਣਿਆ ਕਿ ਲਾਈਫ ਦੇ ਵਿੱਚ ਜੇ ਕੰਮ ਕਰਨਾ ਤਾਂ ਇਹ ਕੰਮ ਕਰਨਾ ਹੈ ਕਿ ਬੜਾ ਕਮਾਲ ਦਾ ਕੰਮ ਹੈ ਬਸ ਉਸ ਦਿਨ ਤੋਂ ਫਿਰ ਹੌਲੀ ਹੌਲੀ ਥੀਏਟਰ ਸ਼ੁਰੂ ਕੀਤਾ ਪਹਿਲੇ ਆਪਣੇ ਆਪ ਸ਼ੁਰੂ ਕੀਤਾ ਫਿਰ ਗੁਰਸ਼ਰਨ ਭਾਜੀ ਨਾਲ ਕੀਤਾ ਫਿਰ ਗੁਰਸ਼ਰਨ ਭਾਜੀ ਹੋਰਾਂ ਨੇ ਸਾਡਾ ਇੱਕ ਕੇਂਦਰ ਬਣਾਇਆ ਚੇਤਨਾ ਕਲਾ ਮੰਚਾਂ ਦੀ ਸੰਸਥਾ ਜਿਹਦੇ ਅਸੀਂ ਥੱਲੇ ਕੰਮ ਕਰਦੇ ਸੀ ਗੁਰਪ੍ਰੀਤ ਪੰਗੂ ਮੈਡਮ ਸਵਰਨ ਸਿੰਘ ਪੰਗੂ ਦੇ ਇੰਚਾਰਜ ਸੀ ਸੋ ਇਸ ਤਰ੍ਹਾਂ ਕਰਕੇ ਸਿਲਸਿਲਾ ਸ਼ੁਰੂ ਹੋਇਆ ਫਿਰ ਅਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਅਦਰ ਸਟੇਟਸ ਵਿੱਚ ਨਾਟਕ ਕਰਨ ਲੱਗੇ ਸੋ ਥੀਏਟਰ ਦਾ ਕੰਮ ਇਹਦਾ ਸ਼ੁਰੂ ਹੋਇਆ ਜੀ ਆ ਥੀਏਟਰ ਤੋਂ ਤੁਸੀਂ ਆਪਣਾ ਜਿਹੜਾ ਸ਼ੁਰੂਆਤ ਹੈ ਕਲਾ ਦੀ ਸ਼ੁਰੂਆਤ ਕੀਤੀ ਔਰ ਜੇਕਰ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਜਿਵੇਂ ਮੈਂ ਗੱਲ ਕੀਤੀ ਹੈ ਕਿ ਕਿਸਾਨੀ ਪਰਿਵਾਰ ਔਰ ਪੀੜੀਦਰ ਪੀੜੀ ਫੌਜ ਦੇ ਵਿੱਚ ਜਾਣ ਦਾ ਰਿਵਾਜ ਜੇ ਤੁਹਾਡੇ ਦਾਦਾ ਜੀ ਦੀ ਗੱਲ ਕਰ ਲਈਏ ਜਾਂ ਤੁਹਾਡੇ ਅਗੂ ਪਿਤਾ ਜੀ ਦੀ ਗੱਲ ਕਰ ਲਈਏ ਤੇ ਪਿਤਾ ਜੀ ਤਾਂ ਚਾਹੁੰਦੇ ਸੀ ਕਿ ਪੁੱਤਰ ਫੌਜ ਦੇ ਵਿੱਚ ਭਰਤੀ ਹੋਵੇ ਉਹ ਕਿਹੜਾ ਇਨਸੀਡੈਂਟ ਸੀਗਾ ਵੀ ਜਿੱਥੋਂ ਫਿਰ ਇਹ ਟਰਨ ਆਊਟ ਹੋ ਗਿਆ ਕੰਮ ਅਸੀਂ ਦੋ ਭਰਾ ਹਾਂ ਜੀ ਮੇਰੀ ਇੱਕ ਵੱਡੀ ਸਿਸਟਰ ਹੈ ਛੋਟਾ ਭਰਾ ਮੇਰਾ ਸੋ ਤਿੰਨ ਭੈਣ ਭਰਾ ਹਾਂ ਅਸੀਂ ਅ ਘਰਦਿਆਂ ਨੂੰ ਇਹ ਲੱਗਦਾ ਸੀ ਕਿ ਇੱਕ ਮੁੰਡਾ ਫੌਜ जरूर ਹੋਣਾ ਚਾਹੀਦਾ ਕਿਉਂਕਿ ਮੇਰੇ ਫਾਦਰ ਸਾਹਿਬ ਫੌਜ ਸੀ ਮੇਰੇ ਦਾਦਾ ਜੀ ਫੌਜ ਸੀ ਮੇਰੇ ਦਾਦਾ ਜੀ ਦਾ ਚਾਚਾ ਵੀ ਫੌਜ ਸੀ ਜਿਹੜੀ ਸਾਰਾ ਘੜੀ ਦੀ ਲੜਾਈ ਉਹਦੇ ਵਿੱਚ ਸ਼ਹੀਦ ਹੋਏ ਹੋ ਸੋ ਮੈਨੂੰ ਫੌਜ ਮੈਂ ਵੱਡਿਆ ਸੀ ਫੌਜ ਚ ਭਰਤੀ ਹੋਣ ਲਈ ਲੱਗੇ ਤੇ ਸਾਰਾ ਕੁਝ ਹੋ ਗਿਆ ਭਰਤੀ ਹੋਣ ਲਈ ਲੱਗੇ ਤਾਂ ਜਦੋਂ ਮੇਰੀ ਡਾਕਟਰੀ ਹੋਣ ਲੱਗੀ ਤਾਂ ਮੈਂ ਲਾਈਨ ਚ ਖੜਾ ਸੀ ਤਾਂ ਇੱਕ ਫੌਜੀ ਗੀੜਾ ਕਰਦਾ ਕਰਦਾ ਮੇਰੇ ਕੋਲ ਕੰਨ ਚ ਮੇਰੇ ਕੁਝ ਕਹਿ ਗਿਆ ਤੇ ਮੈਨੂੰ ਮੇਰੇ ਫਾਦਰ ਸਾਹਿਬ ਕਹਿੰਦੇ ਕੀ ਕਹੇ ਨੇ ਮਨ ਕੋਈ ਕੁਝ ਨਹੀਂ ਉਹ ਕਹਿੰਦੇ ਇੱਧਰ ਨੂੰ ਆਇਓ ਥੋੜਾ ਕੰਮ ਕਰਵਾ ਦਿੰਦੇ ਆ ਜੀ ਮੈਨੂੰ ਬਾਹਰ ਤੋਂ ਫੜ ਕੇ ਫੌਜ ਸਾਹਿਬ ਲਿਆਇਆ ਕਹਿੰਦੇ ਜੇ ਫੌਜ ਵੀ ਇਹੋ ਜਿਹੀ ਗੱਲਾਂ ਹੋਣ ਲੱਗ ਗਈਆਂ ਤਾਂ ਪੰਜ ਤੋਂ ਬਾਅਦ ਫੌਜ ਨਹੀਂ ਜਾਣਾ ਹੈਗਾ ਜੀ ਪਰ ਉਹ ਮੈਨੂੰ ਲੱਗਦਾ ਡੈਸਟੀਨੀ ਸੀ ਕਿ ਮੈਂ ਇਸ ਪਾਸੇ ਆਉਣਾ ਸੀ ਜੇ ਮੈਂ ਫੌਜ ਚਲਾ ਜਾਂਦਾ ਸ਼ਾਇਦ ਫੌਜੀ ਬਣਦਾ ਇਸ ਪਾਸੇ ਨਾ ਆਉਣਾ ਸੋ ਸਿਲਸਿਲਾ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਕਿਉਂਕਿ ਇਹ ਤਾਂ ਮੈਂ ਗੱਲ ਕਰਦਾ ਲਗਭਗ ਪਲੱਸ 2 ਦੀ ਗੱਲ ਮੇਰੇ ਖਿਆਲ ਹੈਗੀ ਹੈ ਉਹ 6 ਵਿੱਚ ਹੀ ਮੈਂ ਨਾਟਕ ਕਰਨ ਲੱਗ ਗਿਆ ਸੀ ਮੇਰਾ ਸੁਝਾਨ ਪਹਿਲਾਂ ਤੇ ਉਧਰ ਸੀ ਜੀ ਸੋ ਇਸ ਤਰ੍ਹਾਂ ਕਰਕੇ ਡੈਸਟੀਨੀ ਤੇ ਬਚਪਨ ਤੋਂ ਹੀ ਤੁਸੀਂ ਜਿਹੜੇ ਸੀਗੇ ਨਾਟਕਾਂ ਨੇ ਜਾਂ ਥੀਏਟਰ ਵਾਲ ਤੁਹਾਡਾ ਜਿਹੜਾ ਰੁਝਾਨ ਸੀਗਾ ਉਹ ਬਣ ਗਿਆ ਬਚਪਨ ਤੋਂ ਬਾਅਦ ਫਿਰ ਇਨਸਾਨ ਆਪਣੀ ਪੜ੍ਹਾਈ ਪੂਰੀ ਕਰਦਾ ਹੈ ਫਿਰ ਉਹ ਵਿਆਹ ਕਰਵਾਉਂਦਾ ਕਿਦਾਂ ਦਾ ਤਜਰਬਾ ਰਿਹਾ ਇਹ ਤਜਰਬਾ ਠੀਕ ਰਿਹਾ ਬਸ ਵਧੀਆ ਕਿਉਂਕਿ ਜਿਹੜਾ ਬੰਦਾ ਥੀਏਟਰ ਕਰਦਾ ਉਹ ਸਟ੍ਰਗਲ ਪੀੜ ਚੋਂ ਦਿੰਦਾ ਖਾਸ ਕਰਕੇ ਜਿਹੜੀ ਸਾਡੀ ਆਪਣੀ ਲਾਈਨ ਹੈ ਕਲਾ ਕਰਾਉਣ ਦੀ ਲਾਈਨ ਹੈ ਸਟ੍ਰਗਲ ਪੀੜ ਦੇ ਵਿੱਚ ਤਾਂ ਫਿਰ ਤੁਹਾਨੂੰ ਪੁੱਛਦੇ ਆਂ ਅੱਛਾ ਵੀ ਅੰਮ ਵੀ ਜਦੋਂ ਵਿਆਹ ਸ਼ਾਦੀ ਦੀ ਗੱਲ ਹੁੰਦੀ ਹੈ ਵੀ ਬੰਦਾ ਕੰਮ ਕੀ ਕਰਦਾ ਹੈ ਜੀ ਉਹ ਕਹਿੰਦੇ ਜੀ ਮੁੰਡਾ ਨਾਟਕ ਕਰਦਾ ਹੈ ਉਹ ਕਹਿੰਦੇ ਨਾਟਕ ਤਾਂ ਕਰਦਾ ਹੈ ਕੰਮ ਕੀ ਕਰਦਾ ਹੈ ਕੰਮ ਕੀ ਕਰਦਾ ਬਿਲਕੁਲ ਪੈਸੇ ਨਾਲ ਜੁੜਿਆ ਹੁੰਦਾ ਨੇ ਵੀ ਜਿਹੜਾ ਬੰਦਾ ਕੋਈ ਜੌਬ ਕਰਦਾ ਹੈ ਜਾਂ ਕੋਈ ਬਿਜ਼ਨਸ ਕਰਦਾ ਹੈ ਉਹਨੂੰ ਕੰਮ ਗਿਣਿਆ ਜਾਂਦਾ ਜੀ ਉਹ ਕਹਿੰਦੇ ਜੀ ਉਸੇ ਹੀ ਕੰਮ ਕਰਦਾ ਮੈਨੂੰ ਯਾਦ ਹੈ ਅੱਜ ਵੀ ਕਿ ਅ ਜਦੋਂ ਮੇਰਾ ਮੰਗਣਾ ਹੋਇਆ ਜੀ ਮੰਗਣਾ ਹੋਣ ਤੋਂ ਬਾਅਦ ਇੱਕ ਵਾਰ ਮੈਂ ਰੈਸਲ ਖਤਮ ਕਰਕੇ ਘਰੇ ਆਇਆ ਤਾਂ ਮੈਂ ਦੇਖਿਆ ਕਿ ਮੇਰੇ ਘਰ ਦੇ ਵਿੱਚ ਜਿਹੜਾ ਮੇਰਾ ਸਾਰੇ ਪਰਿਵਾਰ ਵੱਲੋਂ ਮੇਰੀ ਵਾਈਫ ਦੇ ਨਾਨਾ ਜੀ, ਚਾਚਾ, ਤਾਇਆ, ਫੁੱਫੜ, ਮਾਮਾ ਹੋਰ ਸਾਰੇ ਲੋਕ ਇਦਾਂ ਦੋ ਗੱਡੀਆਂ ਭਰ ਕੇ ਆਏ ਬੈਠੇ। ਮੈਂ ਇੱਕਦਮ ਇੰਟਰੀਅਰ ਮੇਨ ਲੱਗੇ ਪਤਾ ਨਹੀਂ ਕੀ ਗੱਲ ਹੋ ਗਈ। ਬਿਲਕੁਲ। ਤੇ ਕਹਿੰਦੇ ਆ ਜਾ ਵੀ ਆ ਜਾ ਪਰੋਣੇ ਬਹਿ ਜਾ ਬਹਿ ਜਾ। ਚਾਹ ਪੀ ਚੁੱਕੇ ਸੀ ਉਹ। ਹਮ। ਮੈਂ ਬੈਠਾ ਰਿਆ ਨੀਵੀ ਪਾ ਕੇ ਮੈਂ ਵੀ ਕੋਲ ਬਹਿ ਗਿਆ ਉਹਦੇ। ਕਹਿੰਦੇ ਭਾਈ ਵੀ ਤੂੰ ਆ ਜਿਹੜੇ ਕੰਮ ਕਰਦਾ ਏ ਕਿਤੇ ਆਪਣੇ ਕਰਨ ਵਾਲੇ ਕੰਮ ਹੈ। ਜੀ। ਇਹ ਕੰਮ ਨਹੀਂ ਚੰਗੇ ਕੱਲ ਨੂੰ ਤੇਰਾ ਵਿਆਹ ਹੋਣਾ ਹੈ ਕੰਮ ਕੰਮ ਛੱਡ ਦੇ। ਮੈਨੂੰ ਇੱਕਦਮ ਹੋਰ ਤੋਂ ਕੋਈ ਜਵਾਬ ਆੜਿਆ ਨਹੀਂ ਮੈਂ ਕਿਹਾ ਜੀ ਨੌਕਰੀਆਂ ਕਿੱਥੇ ਮਿਲਦੀਆਂ ਅੱਜ ਕੱਲੇ ਵੀ ਮੈਂ ਬਹਿਲਾ ਤਾਂ ਕਰਕੇ ਉਹ ਕਹਿੰਦੇ ਨੌਕਰੀ ਨਹੀਂ ਮਿਲਦੀ ਖੇਤੀ ਕਰ ਲੈ ਜੀ ਆਪਣਾ ਕੰਮ ਹੈ ਥੋੜਾ ਕੀਤੀ ਕਰੋ ਭਾਈ ਮੈਂ ਚੁੱਪ ਕਰ ਗਿਆ ਜੀ ਮੈਂ ਹੁਣ ਕੀ ਕਹਿਣਾ ਸੀ ਤੇ ਉਹਨਾਂ ਨੇ ਫੇਰ ਦੁਬਾਰਾ ਜੀ ਕਰਦੇ ਨੇ ਚਾਹ ਬਣਵਾਈ ਚਾਹ ਚ ਪੀਤੀ ਤੇ ਉਹ ਕਹਿੰਦੇ ਚੰਗਾ ਵੀ ਹੁਣ ਹੁਣ ਨਹੀਂ ਕੰਮ ਕਰਨਾ ਬਸ ਇਹ ਠੀਕ ਹੈ ਬਥਰੇ ਚਲੋ ਪਰਦੇ ਪੁਰਦੇ ਹੁੰਦੇ ਮਾਊਟ ਨਾਟ ਅਨੂਟ ਕਰ ਲੈ ਠੀਕ ਹੋ ਗਿਆ ਮੈਂ ਕਿਹਾ ਠੀਕ ਹੈ ਜੀ ਤੇ ਇੱਕ ਬਜ਼ੁਰਗ ਬਿਲਕੁਲ ਮੇਰੇ ਕੋਲ ਬੈਠਾ ਸੀ ਉਹ ਸਾਰੀ ਬਾਰਤਾਲਾਬ ਦੌਰਾਨ ਬਿਲਕੁਲ ਨਹੀਂ ਬੋਲੇ ਜੀ ਜਦੋਂ ਸਾਰੇ ਉੱਠਣ ਲੱਗੇ ਮੈਨੂੰ ਵੀ ਲੱਗੇ ਵੀ ਸੀ ਆਫ ਕਰ ਦਾਂ ਮੈਂ ਉੱਠਦਾ ਪਰ ਮੈਨੂੰ ਬਹੁਤ ਫਰਕ ਬਿਠਾ ਲਿਆ ਕਰਨ ਬਹਿ ਜਾ ਮੈਨੂੰ ਕਹਿੰਦਾ ਵੀ ਸਾਰਿਆਂ ਨੇ ਤੈਨੂੰ ਕੁਛ ਨਾ ਕੁਛ ਕਿਹਾ ਮੈਂ ਤਾਂ ਕੁਛ ਨਹੀਂ ਕਿਹਾ ਜੀ ਮੈਨੂੰ ਬੜਾ ਦਿਲ ਨੂੰ ਸਕੂਨ ਮਿਲੇ ਮੈਂ ਖਾਇ ਸ਼ਾਇਦ ਇੱਕ ਬੰਦਾ ਤੇ ਮੇਰੀ ਮਦਦ ਲਈ ਆ ਬਿਲਕੁਲ ਹੌਸਲਾ ਹੋ ਜਾਂਦਾ ਉਹ ਬੰਦੇ ਦਾ ਜਵਾਬ ਸੀ ਜਿਹੜਾ ਮੈਨੂੰ ਲਾਜਬਾਬ ਕਰ ਗਿਆ ਉਹ ਮੈਨੂੰ ਕਹਿੰਦਾ ਤੈਨੂੰ ਮੈਨੂੰ ਪਤਾ ਹੈ ਵੀ ਜਿਹੜਾ ਕੰਮ ਤੁਸੀਂ ਲੰਬੇ ਟਾਈਮ ਤੋਂ ਕਰਦੇ ਹੋ ਨਾ ਉਹ ਕੰਮ ਛੱਡਣਾ ਬਹੁਤ ਔਖਾ ਹੁੰਦਾ ਏਸ ਕਰਕੇ ਕਹਿੰਦਾ ਤੈਨੂੰ ਮੈਂ ਦੱਸਦਾ ਇਹ ਕੰਮ ਤੋਂ ਛੱਡਣਾ ਕਿਵੇਂ ਹੈ ਮਕ ਉਹ ਕਹਿੰਦਾ ਵੀ ਜੇ ਤੁਸੀਂ ਆਪਣਾ ਅਭਿਆਸ ਕਰਦੇ ਹੋ ਰੈਸਲਸ ਕਰਦੇ ਹੋ ਤੁਸੀਂ ਇਕੱਠੇ ਹੁੰਦੇ ਹੋ ਨਾ ਤਾਂ ਤੁਸੀਂ ਟਾਈਮ ਫਿਕਸ ਕਰਦੇ ਹੋ ਕਿ 8:00 ਵਜੇ ਤੁਸੀਂ ਰੈਸਲ ਕਰਨੀ ਹੈ ਤੁਸੀਂ ਕਹਿੰਦਾ ਕੱਲੋਂ ਘੰਟਾ ਲੇਟ ਜਾਣਾ ਮੈਂ ਕਿਹਾ ਠੀਕ ਹੈ ਜੀ ਕਹਿੰਦਾ ਪਰਸੋਂ ਤੁਸੀਂ ਦੋ ਦਿਨ ਬਾਅਦ ਦੋ ਘੰਟੇ ਲੇਟ ਜਾਣਾ ਫਿਰ ਤਿੰਨ ਘੰਟੇ ਲੇਟ ਫਿਰ ਚਾਰ ਘੰਟੇ ਲੇਟ ਕਹਿੰਦਾ ਉਹਨਾਂ ਲੋਕਾਂ ਨੂੰ ਲੱਗਣੇ ਵੀ ਤੇ ਬੰਦਾ ਬਕਵਾਸ ਹੈ ਉਹਨਾਂ ਨੇ ਤੈਨੂੰ ਆਪੇ ਛੱਡ ਦੇਣਾ ਸੁਣਾ ਬਹੁਤ ਵਧੀਆ ਦਿੱਤੀ ਮੇਰੇ ਮਨ ਚ ਦਿਮਾਗ ਚ ਇੱਕਦਮ ਆਇਆ ਮੈਂ ਕਿਹਾ ਵੀ ਜੇ ਉਹ ਥੀਏਟਰ ਕਰਦੇ ਆ ਪੈਸੇ ਤਾਂ ਬਹੁਤੇ ਨਹੀਂ ਮਿਲਦੇ ਤੇਲ ਪਾਣੀ ਜੋਗੀ ਪੈਸੇ ਮਿਲਦੇ ਇਪੈਸੇ ਤਾਂ ਮਿਲਦੇ ਨਹੀਂ কমিਟਮੈਂਟ ਹੈ ਇੱਕ ਸਾਨੂੰ ਕਿਹੜੋ ਕੋਈ ਗੌਣ ਵਾਲੇ ਵਾਂਗ ਸਾਈ ਦੇ ਕੇ ਜਾਂਦਾ ਸੀ ਕਿ ਪੁਰਾਣੀ ਜਗਾ ਨਾਟਕ ਕਰਨਾ ਐਨੇ ਪੈਸੇ ਤੁਹਾਨੂੰ ਪਹਿਲਾਂ ਦੇਦੇ ਟੈਲੀਫੋਨ ਕਰਦੇ ਸੀ ਫੁਲਾਨੀ ਜਗਾ ਆ ਜਾਓ ਜੀ ਫੁਲਾਨੇ ਪਿੰਡ ਪਹੁੰਚ ਜਾਓ ਫੁਲਾਨੇ ਪੰਚਾਇਤ ਦਾ ਪ੍ਰੋਗਰਾਮ ਹੈ ਫੁਲਾਨੇ ਕਲੱਬ ਦਾ ਪ੍ਰੋਗਰਾਮ ਹੈ ਫੁਲਾਨੇ ਸਾਸਤਾ ਦਾ ਪ੍ਰੋਗਰਾਮ ਹੈ ਅਸੀਂ ਆਪਣਾ ਤਣਿਆ ਤਮਨ ਚੱਕ ਕੇ ਉੱਥੇ ਪਹੁੰਚ ਜਾਂਦੇ ਸੀ ਜੀ ਸੋ ਮੈਨੂੰ ਲੱਗਿਆ ਕਿ ਇੱਕ ਵਿਸ਼ਵਾਸ ਹੈ ਜੋ ਵਿਸ਼ਵਾਸ ਹੀ ਖੋਲੇ ਪਿੱਛੜੇ ਪੱਲੇ ਕੀ ਰਹਿ ਗਿਆ ਜੀ ਉਹ ਗੱਲ ਹੁਣ ਵੀ ਯਾਦ ਆਉਂਦੀ ਹੈ ਪਰ ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਸੁਣਾਈ ਹੈ ਕਿ ਦੇਖੋ ਕਿਵੇਂ ਬਦਲਦਾ ਉਹ ਤੋਂ ਬਾਅਦ ਦੂਰਦਰਸ਼ਨ ਤੇ ਮੈਂ ਕੁਝ ਨਾਟਕ ਕੀਤੇ ਟੀਵੀ ਤੇ ਹੋਰ ਥੋੜਾ ਬਹੁਤ ਮੈਂ ਆਉਣ ਲੱਗਿਆ ਪਹਿਲੀ ਵਾਰ ਟੀਵੀ ਤੇ ਆਇਆ ਤਾਂ ਇਸ ਘਟਨਾ ਤੋਂ ਬਾਅਦ ਮੇਰਾ 4 ਮਹੀਨੇ ਬਾਅਦ ਵਿਆਹ ਹੋ ਗਿਆ ਜੀ ਜੀ ਵਿਆਹ ਹੋਣ ਤੋਂ ਬਾਅਦ ਹੁਣ ਸਾਨੂੰ ਥੀਏਟਰ ਆਈ ਅਗਲਾ ਸਿਖਾਈਆਂ ਜਾਣੀਆਂ ਜਦੋਂ ਪੂਰੀ ਤੁਹਾਡੇ ਘਰੇ ਆਉਂਦੀ ਹੈ ਉਹ ਸਾਰਾ ਪਰਿਵਾਰ ਛੱਡ ਕੇ ਆਉਂਦੀ ਉਹਦਾ ਖਿਆਲ ਰੱਖਣਾ ਹੁੰਦਾ ਤੇ ਮੈਂ ਉਹਨੂੰ ਪੁੱਛਣਾ ਵੀ ਆਪਾਂ ਚਲੋ ਜੀ ਵੇਲੇ ਹੋ ਗਏ ਗਿੜੇ ਮਾਰਿਓ ਨੇ ਮਾਪਿਆਂ ਤੋਂ ਥੋੜੇ ਮਿਲੇ ਉਹਨੇ ਥੋੜੇ ਮਾਮਾ ਜੀ ਨੂੰ ਮਿਲੇ ਉਹਨੇ ਥੋੜੇ ਤਾਏ ਚਾਚੇ ਕੋਲ ਨੂੰ ਮਿਲੇ ਉਹਨੇ ਜਾ ਕੇ ਜੀ ਤੇ ਅਸੀਂ ਚਲੇ ਜਾਣਾ ਜੀ ਗੱਲ ਉਹੀ ਹੋਈ ਤੇ ਇੱਕ ਦਿਨ ਅਸੀਂ ਸ਼ਾਮਿੰਗ ਗਏ ਤੇ ਉਹੀ ਬਜ਼ੁਰਗ ਘਰ ਦੇ ਬਾਹਰ ਕੁਰਸੀ 'ਤੇ ਬੈਠਾ ਜੀ ਜਿਹਨੇ ਮੈਨੂੰ ਸਲਾਹ ਦਿੱਤੀ ਸੀ ਜੀ ਤੇ ਜਦੋਂ ਮੈਂ ਉੱਥੇ ਗਿਆ ਤੇ ਸਕੂਟਰ ਖੜਾਇਆ ਜਾ ਕੇ ਉਹ ਮੇਰੀ ਪਿੱਠ ਤੇ ਹੱਥ ਮਾਰੇ ਕਹਿੰਦਾ ਆ ਜਾ ਵੀ ਆ ਜਾ ਸ਼ਾਬਾਸ਼ ਵੀ ਪ੍ਰੋਣਾ ਸ਼ਾਬਾਸ਼ ਸ਼ਾਬਾਸ਼ ਹੈ ਤੇਰੇ ਮੈਂ ਕਿਹਾ ਵੀ ਬਾਪੂ ਜੀ ਕੀ ਗੱਲ ਹੋ ਗਈ ਵਿਹੁੰਤਾ ਸਾਨੂੰ ਵਧਾਈਆਂ ਮਿਲਦੀਆਂ ਹੈ। ਕਹਿੰਦਾ ਸਾਡੀ ਪਿੰਡ ਦਾ ਨੰਬਰਦਾਰ ਕਹਿੰਦਾ ਵੀ ਤੁਹਾਡੇ ਪਰੋਂ ਟੈਲੀਵਿਜ਼ਨ ਆਉਣਾ ਹੈ। ਬਿਲਕੁਲ। ਕਹਿੰਦਾ ਬਹੁਤ ਖੁਸ਼ੀ ਹੁੰਦੀ ਹੈ। ਬਹੁਤ ਵਧੀਆ ਗੱਲ ਹੈ। ਸੋ ਮੈਨੂੰ ਪਹਿਲੀ ਵਾਰ ਉਦੋਂ ਲੱਗਿਆ ਮਖਾਚਾ ਚਲੋ ਰਿਸ਼ਤੇਦਾਰਾਂ ਦੇ ਘਟੋ ਘਟੇ ਦਾ ਹੋਇਆ। ਵੀ ਜਿਹੜਾ ਮੈਂ ਕੰਮ ਕਰਦਾ ਸੀ ਉਹ ਕੰਮ ਨੂੰ ਮਾਨਤਾ ਮਿਲਣੇ ਸ਼ੁਰੂ ਹੋਏ ਜੀ ਬਿਲਕੁਲ ਔਰ ਕਹਿੰਦੇ ਨੇ ਵੀ ਕਹਿੰਦੇ ਵੀ ਨੇ ਕਿ ਹਿੰਮਤ ਜਿਸ ਕੰਮ ਨੂੰ ਲੱਕ ਬਨ ਖਲੋਵੇ ਸੁੱਕਾ ਕੰਡਾ ਵਿਖਲ ਕੇ ਗੁਲਦਸਤਾ ਹੋਵੇ ਇਸ ਤੋਂ ਇਲਾਵਾ ਤੁਸੀਂ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਜੀ ਤਾਂ ਚੰਡੀਗੜ੍ਹ ਦੀ ਲਾਈਫ ਵੱਖਰੀ ਉਸ ਤੋਂ ਬਾਅਦ ਜਦੋਂ ਬੰਬੇ ਜਾਂਦੇ ਹੋ ਤੇ ਬੰਬੇ ਦਾ ਤਜਰਬਾ ਵੱਖਰਾ ਗੱਲ ਕਰਦੇ ਆ ਬੰਬੇ ਦੇ ਸਟਰਗਲਿੰਗ ਦਿਨਾਂ ਦੀ ਦੇਖੋ ਜਦੋਂ ਇਥੋਂ ਲਾਈਵ ਸ਼ੁਰੂ ਕੀਤੀ ਉਦੋਂ ਸਾਡੇ ਲਈ ਚੰਡੀਗੜ੍ਹ ਬਹੁਤ ਵੱਡੀ ਚੀਜ਼ ਸੀ ਸਾਨੂੰ ਜਦ ਮੈਂ ਚੰਡੀਗੜ੍ਹ ਪਹਿਲੀ ਵਾਰ ਜ਼ਿੰਦਗੀ ਜੀਆ ਮੈਨੂੰ ਲੱਗੇ ਵੀ ਅਸੀਂ ਤਾਂ ਉਹ ਕਿਤੇ ਹੋਰੇ ਪਾਸੇ ਫਿਰ ਗਏ ਬਿਲਕੁਲ ਵੀ ਲੋਕ ਤਾਂ ਚੰਡੀਗੜ੍ਹ ਵੱਸਦੇ ਨੇ ਫਿਰ ਮੈਨੂੰ ਪਹਿਲੀ ਵਾਰੀ ਤੋਂ ਬੰਬੇ ਜਾਣ ਦਾ ਮੌਕਾ ਮਿਲਿਆ ਉੱਥੇ ਦੇਖਿਆ ਕਿ ਇੱਥੇ ਫਲਾਣੇ ਲੋਕ ਰਹਿੰਦੇ ਨੇ ਆ ਉਸਮੁੰਦਰ ਹੈ ਆ ਬੜੇ ਬੜੇ ਲੋਕ ਇੱਥੇ ਫਿਲਮਾਂ ਬਣਦੀਆਂ ਹੁੰਦਾ ਮੈਨੂੰ ਲੱਗੇ ਵੀ ਨਹੀਂ ਚੰਡੀਗੜ੍ਹ ਤੋਂ ਹੋਰ ਵੀ ਕਿਤੇ ਬਾਹਰ ਦੁਨੀਆ ਰਹਿੰਦੀ ਹੈ ਜੀ ਬੰਬੇ ਫਿਰ ਉਸ ਤੋਂ ਬਾਅਦ ਫੋਰਨ ਕੰਟਰੀਜ਼ ਜਾਣ ਦਾ ਮੌਕਾ ਮਿਲਿਆ ਉਹ ਲੱਗਿਆ ਨਹੀਂ ਕਿ ਦੁਨੀਆ ਬੰ ਸੋ ਬੰਬਈ ਦੀ ਜਿਹੜੀ ਸਟ੍ਰਗਲ ਹੈ ਮੈਨੂੰ ਲੱਗਦਾ ਹੈ ਕਿ ਬੰਬਈ ਇੱਕ ਐਸੀ ਜਗ੍ਹਾ ਹੈ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਕਿੰਨੇ ਪਾਣੀ 'ਚ ਤੁਸੀਂ ਕਿੱਥੇ ਖੜੇ ਹੋ। ਸੋ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਕਿ ਹਰ ਬੰਦੇ ਲਈ ਆਰਮੀ ਦੀ ਟ੍ਰੇਨਿੰਗ ਕਹਿੰਦੀ ਜ਼ਰੂਰੀ ਹੁੰਦੀ ਹੈ। ਜੀ। ਹੋਣੀ ਚਾਹੀਦੀ ਹੈ। ਸੋ ਮੈਨੂੰ ਲੱਗਦਾ ਹੈ ਜਿਹੜਾ ਬੰਦਾ ਇਸ ਲੈਂਚ ਕੰਮ ਕਰਦਾ ਹੈ ਖਾਸ ਕਰਕੇ ਕਲਾਕਾਰ ਹੈ ਉਹਨੂੰ ਇੱਕ ਵਾਰ ਬੰਬੇ ਜ਼ਰੂਰ ਜਾ ਕੇ ਆਉਣਾ ਚਾਹੀਦਾ ਹੈ। ਬੰਬੇ ਕਈ ਵਾਰ ਸਾਨੂੰ ਆਇਆ ਲੱਗਦਾ ਹੈ ਕਿ ਆਪਣੇ ਆਪ ਤੇ ਭਲੇਖਾ ਹੁੰਦਾ ਕਿ ਮੈਂ ਬਹੁਤ ਵੱਡਾ ਥੀਸਮਾਰ ਖਾਣਾ ਮੈਂ ਇਹ ਕਰ ਦੂੰ ਉਹ ਕਰ ਦੂੰ। ਮੈਨੂੰ ਇਹ ਆਉਂਦਾ ਉਹ ਆਉਂਦਾ ਪਰ ਤੁਹਾਨੂੰ ਉੱਥੇ ਜਾ ਕੇ ਉਹ ਸਮੁੰਦਰ 'ਚ ਜਾ ਕੇ ਪਤਾ ਲੱਗਦਾ ਕਿ ਤੁਸੀਂ ਕਿੰਨੇ ਪਾਣੀ 'ਚ ਮੈਂ ਉੱਥੇ ਇੱਕ ਸੀਰੀਅਲ ਕਰਨ ਗਿਆ ਸੀ ਮੀਤ ਮੁਰਾਦੇ ਰੱਬਾ ਸੀਰੀਅਲ ਸੀ ਜਿਹੜਾ ਜਿੱਥੇ ਮੇਰੀ ਸ਼ੁਰੂਆਤ ਹੋਈ ਚੰਡੀਗੜ੍ਹ ਮੈਂ ਪਹਿਲਾਂ ਕੀਤਾ ਤੇ ਫਿਰ ਉਹ ਬੰਦੇ ਮੈਨੂੰ ਉੱਥੇ ਲੈ ਗਏ ਕਿਉਂਕਿ ਮੇਰਾ ਲਿਟਰੇਚਰ ਨਾਲ ਸ਼ੁਰੂ ਤੋਂ ਥੋੜਾ ਲਗਾ ਸੀ ਜਦੋਂ ਮੈਂ ਥੀਏਟਰ ਕਰਦਾ ਸੀ ਉਦੋਂ ਗੁਰਚਰਨ ਭਾਜੀ ਬਦਰਾਜ ਸਾਨੀ ਯਾਦਗਾਰੀ ਪ੍ਰਕਾਸ਼ਨ ਦੇ ਰਾਹੀਂ ਕਿਤਾਬਾਂ ਛਾਪਿਆ ਕਰਦੇ ਸੀ ਅਸੀਂ ਸਟੇਜ ਤੇ ਨਾਟਕ ਖਤਮ ਹੋਣ ਤੋਂ ਬਾਅਦ ਸੇ ਕਿਤਾਬਾਂ ਵੇਚਦੇ ਸੀ ਬੜਾ ਸਸਤਾ ਲਿਟਰੇਚਰ ਗੁਰਚਰਨ ਭਾਜੀ ਦਾ ਮਿਸ਼ਨ ਸੀ ਇਹ ਕਿ ਲਿਟਰੇਚਰ ਲੋਕਾਂ ਤੱਕ ਪਹੁੰਚਾਇਆ ਜਾਵੇ ਸਸਤਾ ਲਿਟਰੇਚਰ ਉਹਦੇ ਵਿੱਚ 2.5 ਰੁ ਸਾਡੇ 70 ਰੁਪਏ ਦਾ ਇੱਕ ਨਾਵਲ ਬਸ 10 ਰੁਪਏ ਤੋਂ ਵੱਧ ਨਹੀਂ ਸੀ ਹੁੰਦੇ। ਸੋ ਇਹ ਕਮ ਸੀ ਫਿਰ ਉਹ ਕਿਤਾਬਾਂ ਜਿਹੜੀਆਂ ਭਾਜੀ ਛਾਪਦੇ ਸੀ ਉਹ ਅਸੀਂ ਆ ਪੜਦੇ ਸੀਨ ਪੁੱਛਦੇ ਸੀ ਫਰਾਨੀ ਕਿਤਾਬ ਪੜੀ ਤੁਸੀਂ। ਸੋ ਇਸ ਕਰਕੇ ਉਹ ਪੜੀਆਂ ਚੀਜ਼ਾਂ ਕਮ ਆਈਆਂ। ਮੈਨੂੰ ਬੰਬਈ ਜਾਉਣ ਦਾ ਸੁਭਾਅ ਮਿਲਿਆ ਤਾਂ ਮੈਂ ਇੱਥੇ ਉਹ ਸੀਰੀਅਲ ਕਰਨ ਲੱਗਿਆ ਚੰਡੀਗੜ੍ਹ ਦੇ ਵਿੱਚ। ਜੀ। ਮੈਂ ਲਿਟਰੇਚਰ ਦਾ ਸਟੂਡੈਂਟ ਸੀ। ਸੋ ਮੈਨੂੰ ਮੈਨੂੰ ਉਹ ਮੈਨੂੰ ਲੱਗਣਾ ਮੈਨੂੰ ਕਹਿੰਣਾ ਕਿ ਆ ਫਰਾਨੀ ਗੱਲ ਸਾਡੇ ਕਲਚਰ ਵਿੱਚ ਐਦਾਂ ਹੁੰਦੀ ਹੈ। ਜੀ। ਤੋ ਉਹ ਬੰਦਾ ਮੈਨੂੰ ਕਿਦਾਂ ਕਹਿੰਦਾ ਡਾਇਰੈਕਟਰ ਕਹਿੰਦਾ ਵੀ ਯਾਰ ਜਿਉ ਅਸੀਂ ਸੀਰੀਅਲ ਕਰ ਰਹੇ ਹਾਂ ਪੰਜਾਬੀ ਬੇਸਡ ਸੀਰੀਅਲ ਹੈ ਇਹ ਹੈਗਾ ਹਿੰਦੀ ਹੈ ਜੀ ਵੀ ਪਰ ਇਹਦੇ ਚ ਸਾਨੂੰ ਪੰਜਾਬੀ ਬੰਦਿਆਂ ਦੀ ਲੋੜ ਹੈ ਜਿਨ੍ਹਾਂ ਨੂੰ ਲਿਟਰੇਚਰ ਬਾਰੇ ਨੌਲੇਜ ਹੋਵੇ ਜਿਹਨੂੰ ਕਲਚਰ ਬਾਰੇ ਨੌਲੇਜ ਹੋਵੇ ਸੋ ਮੈਨੂੰ ਕਹਿੰਦਾ ਤੁਸੀਂ ਬੰਬੇ ਚਲੋ ਮੈਂ ਜਵਾਬ ਦਿੱਤਾ ਮੈਂ ਮੈਂ ਬੰਬੇ ਕਰੂੰਗਾ ਜਾ ਕੇ ਜੀ ਮੇਰਾ ਪੰਜਾਬ ਚ ਇੱਕ ਨਾਅ ਮੈਨੂੰ ਉੱਥੇ ਕੋਈ ਜਾਣਦਾ ਪਛਾਣਦਾ ਮੈਂ ਕਦੇ ਗਿਆ ਨਹੀਂ ਜੀ ਉਹਨੇ ਜਿ ਮੈਨੂੰ ਫੇਰ ਦੁਬਾਰੇ ਪੁੱਛਿਆ ਤੇ ਮੈਂ ਫੇਰ ਜਵਾਬ ਦਿੱਤਾ ਤੇ ਮੈਨੂੰ ਤੁਸੀਂ ਜਿਹੜੇ ਲੋਕ ਕਹਿੰਨ ਲੱਗ ਕਹਿੰਦੇ ਯਾਰ ਵੀ ਲੋਕ ਬੰਬੇ ਜਾ ਨੂੰ ਤਰਸਦੇ ਤੋਂ ਜਵਾਬ ਦਿੰਨਾ ਫਿਰ ਤੇਜੀਵਾਰ ਨੇ ਮੈਨੂੰ ਪੁੱਛਿਆ ਮੈਂ ਕਹਾ ਜੀ ਮੈਨੂੰ ਉੱਥੇ ਕੋਈ ਜਾਣਦਾ ਨਹੀਂ ਤੇ ਮੈਨੂੰ ਤਾਂ ਜ਼ੀਰੋ ਤੋਂ ਸ਼ੁਰੂ ਕਰਨਾ ਪਊਗਾ ਕੰਮ ਜੀ ਫਿਰ ਇਸ ਤਰ੍ਹਾਂ ਉਹ ਸੀਰੀਅਲ ਕਰ ਲਈ ਸ਼ਵੇਂਦਰ ਮਹਾਲ ਜੀ ਸੀ ਹੋਰ ਕਈ ਐਕਟਰ ਕਹੇ ਸੀ ਜਦ ਮੈਂ ਵੀ ਬੰਬੇ ਗਿਆ ਤਾਂ ਉੱਥੇ ਮੈਂ ਲਗਭਗ 12 ਸਾਲ ਬੰਬੇ ਦੇ ਵਿੱਚ ਰਿਹਾ ਆਉਣ ਜਾਣ ਵੀ ਲੱਗਿਆ ਰਿਹਾ ਜੀ ਸੋ ਉੱਥੇ ਰਹਿੰਦੇ ਕੁਝ ਹਿੰਦੀ ਫਿਲਮਾਂ ਵੀ ਕੀਤੀਆਂ ਹਿੰਦੀ ਸੀਰੀਅਲਸ ਵੀ ਕੀਤੇ ਉਦੇ ਵਿੱਚ ਦੋ ਇੰਗਲਿਸ਼ ਫਿਲਮਾਂ ਵੀ ਕੀਤੀਆਂ ਦਾ ਜੀਨੀਅਸ ਆਫ ਬਿਊਟੀ ਵਗੈਰਾ ਸੋ ਇਸ ਤਰ੍ਹਾਂ ਕਰਕੇ ਕੰਮ ਹੈ ਮੈਂ ਮੈਂ ਕੰਮ ਤਾਂ ਕਾਫੀ ਕੀਤਾ ਜੀ ਪਰ ਬੰਬੇ ਜਾ ਕੇ ਕਿਉਂਕਿ ਮੈਂ ਨਾ ਥੀਏਟਰ ਦਾ ਬੰਦਾ ਸੀ ਅਸੀਂ ਜ਼ਮੀਨ ਨਾਲ ਜੁੜੇ ਲੋਕ ਸੀ ਸਾਨੂੰ ਲੱਗਦਾ ਸੀ ਕਿ ਸੈਲੀਬ੍ਰਿਟੀ ਹੋਣਾ ਮਤਲਬ ਲੋਕਾਂ ਨੂੰ ਲੱਗਦਾ ਹੋ ਸਕਦਾ ਕਿ ਬਹੁਤ ਵੱਡੀ ਕੋਈ ਸ਼ਖਸੀਅਤ ਹੈ ਪਰ ਮੈਨੂੰ ਲੱਗਦਾ ਅਸੀਂ ਵੀ ਸਧਾਰਨ ਲੋਕਾਂ ਵਰਗੇ ਬੰਦੇ ਆ ਜਿਵੇਂ ਇੱਕ ਬੰਦਾ ਪ੍ਰੋਫੈਸ਼ਨਲ ਕੰਮ ਕਰਦਾ ਹੈ ਕੋਈ ਪੁਲਿਸ ਜੌਬ ਕਰਦਾ ਹੈ ਕੋਈ ਡਾਕਟਰ ਲਾਈਨ ਜੌਬ ਕਰਦਾ ਹੈ ਕੋਈ ਹੋਰ ਲੈਂਚ ਕੰਮ ਕਰਦਾ ਸੀ ਕੰਮ ਕਰਦੇ ਆ ਆਪਣਾ ਸੋ ਸਾਡਾ ਕੰਮ ਹੈ ਸੋ ਇਸ ਤਰ੍ਹਾਂ ਕਰਕੇ ਇਹ ਸਿਲਸਿਲਾ ਥੀਏਟਰ ਤੋਂ ਸ਼ੁਰੂ ਹੋ ਕੇ ਟੈਲੀਵਿਜ਼ਨ ਟੈਲੀਵਿਜ਼ਨ ਤੋਂ ਸ਼ੁਰੂ ਹੋ ਕੇ ਫਿਲਮਾਂ ਤੱਕ ਪਹੁੰਚਿਆ ਜੀ ਗੱਲ ਕੀਤੀ ਤੁਸੀਂ ਆਪਣੀ ਸਾਹਿਤਿਕ ਰੁਚੀ ਦੀ ਔਰ ਇੱਕ ਤੁਹਾਡੀ ਕਿਤਾਬ ਜਿਹੜੀ ਛਾਪੀ ਹੈ ਵਿਰਾਸਤੀ ਪੈਣਾ ਉਹ ਕਿਹੜਾ ਵਿਸ਼ਾ ਹੈ ਉਹਦੇ ਵਿੱਚ ਮਤਲਬ ਕੀ ਕੁਝ ਹੈ ਹਾਂ ਜੀ ਮੈਂ ਜਿਹੜੇ ਪਿੰਡ ਮੇਰੇ ਰਹਿੰਦਾ ਨਾ ਮੇਰਾ ਪਿੰਡ ਬਹੁਤ ਛੋਟਾ ਜਿਹਾ ਪਿੰਡ ਹੈ ਇਹ ਜਿਹੜੀ ਭਾਖੜਾ ਮੇਨ ਨਹਿਰ ਐ ਐਸਓਈਐਲ ਨਹਿਰ ਹੈ ਸਾਡੇ ਖੇਤਾਂ ਜਨੋਂ ਹੋ ਕੇ ਨਿਕਲੀ ਹੈ ਜੀ ਇਹ ਬਿਲਕੁਲ ਕੰਡੇ ਤੇ ਪਿੰਡ ਬਸਿਆ ਹੋਇਆ ਬੜੀ ਰਮਣੀਕ ਜੀ ਜਗ੍ਹਾ ਹੈ ਕਿ ਉਹ ਪਿੰਡ ਦੀ ਜੀ ਸੋ ਮੈਨੂੰ ਆਇ ਲੱਗਦਾ ਸੀ ਸਾਡੇ ਪਿੰਡ ਬਸੇ ਨੂੰ ਬਹੁਤ ਚਿਰ ਨਹੀਂ ਸੀ ਹੋਇਆ ਸਾਡਾ ਪਿੰਡ ਲਗਭਗ ਕੋਈ ਪੌਣੇ 400 ਸਾਲ ਪੁਰਾਣਾ ਬਸਿਆ ਹੋਇਆ ਹੈ ਜੀ ਸੋ ਜਿਹੜੀਆਂ ਉੱਥੇ ਸਾਡੇ ਪੁਰਾਣੇ ਬਜ਼ੁਰਗ ਸੀ ਮੈਨੂੰ ਬਜ਼ੁਰਗਾਂ ਦੇ ਗੱਲਾਂ ਸੁਣਨ ਦਾ ਬਹੁਤ ਸ਼ੌਕ ਸੀ ਉਹਨਾਂ ਨੇ ਮੈਨੂੰ ਗੱਲਾਂ ਸੁਣਾਉਣੀਆਂ ਕਿ ਆਪਣੇ ਪਿੰਡ ਆ ਹੁੰਦਾ ਸੀ ਉਹ ਹੁੰਦਾ ਸੀ ਜਦੋਂ ਬਿਜਲੀ ਆਈ ਉਦੋਂ ਆ ਹੋਇਆ ਫਲਾਨੀ ਮੋਟਰ ਪਹਿਲਾਂ ਲੱਗੀ ਫਲਾਨ ਟਿਊਬਲ ਪਹਿਲਾਂ ਲੱਗਿਆ ਫਾਨੇ ਖੂਪ ਪੱਟੇ ਗਏ ਸੋ ਮੈਂ ਉਹ ਸਰਚ ਕਰਦਾ ਕਰਦਾ ਮੇਰੇ ਕੋ ਕਾਫੀ ਨੋਲੇਜ ਸੀ ਸੋ ਇੱਕ ਸਾਡੇ ਪਿੰਡ ਦੇ ਬਜ਼ੁਰਗ ਸੀ ਸਰਦਾਰ ਜੈਪ ਸਿੰਘ ਉਹ ਉਹਨਾਂ ਦੀ ਉਮਰ ਲਗਭਗ 104 ਸਾਲ ਦੀ ਸੀ ਜੀ ਮੈਂ ਜਦੋਂ ਉਹਨੂੰ ਕੋਈ ਬੈਠਣਾ ਉਹਨੇ ਮੈਨੂੰ ਗੱਲਾਂ ਸੁਣਾਉਣੀਆਂ ਕਿ ਸੰਨ 47 ਚ ਐਦਾਂ ਹੋਇਆ ਮੈਂ ਉਦੋਂ ਜਵਾਨ ਹੁੰਦਾ ਸੀ ਫਿਰ ਆ ਹੋਇਆ ਹੋਇਆ ਸੋ ਮੈਨੂੰ ਲੱਗਿਆ ਕਿ ਇਹ ਬਜ਼ੁਰਗ ਜਿੱਦਣ ਚਲਾ ਜਾਊਗਾ ਦੁਨੀਆ ਤੋਂ ਜੀ ਇਹ ਸਾਰਾ ਕੁਝ ਤਾਂ ਨਾਲ ਹੀ ਚਲਾ ਜਾਣਾ ਹੈ ਜੀ ਸੋ ਇਸ ਗੱਲ ਨੂੰ ਸੋਚ ਕੇ ਮੈਂ ਡਾਕੂਮੈਂਟ ਕਰਨਾ ਸ਼ੁਰੂ ਕੀਤਾ ਮੈਨੂੰ ਪੁੱਛਣ ਲੱਗ ਗਿਆ ਕਿ ਕਿੰਨੇ ਪਰਿਵਾਰ ਸੀ ਆਪਣੇ ਪਿੰਡ ਕਿਹੜਾ ਕਿਹੜਾ ਪਰਿਵਾਰ ਫਿਰ ਅੱਗੇ ਤੋਂ ਅੱਗੇ ਜੁੜਾ ਹੋ ਕੇ ਕਿਵੇਂ ਬਣਿਆ ਪਰ ਉਹ ਇੱਕ ਐਡਾ ਅੱਛਾ ਡਾਕੂਮੈਂਟ ਬਣ ਗਿਆ ਮਲ ਜਦੋਂ ਤੋਂ ਪਿੰਡ ਬੰਨਿਆ ਉਦੋਂ ਤੋਂ ਲੈ ਕੇ ਉਸ ਕਿਤਾਬ ਦੇ ਵਿੱਚ ਵਿਰਾਸਤੀ ਪੈੜਾਂ ਦੇ ਵਿੱਚ ਮੈਂ ਇਹ ਦਰਜ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਪਿੰਡ ਦੀ ਜਿਹੜੀਆਂ ਕੁੜੀਆਂ ਸੀ ਧੀਆਂ ਸਾਡੇ ਪਿੰਡ ਦੀਆਂ ਉਹ ਕਿਹੜੇ ਪਿੰਡਾਂ ਵਿੱਚ ਵਿਆਹ ਕੇ ਗਈਆਂ ਜੀ ਤੇ ਕਿਹੜੇ ਪਿੰਡਾਂ ਤੋਂ ਕੁੜੀਆਂ ਵਿਆਹ ਕੇ ਸਾਡੇ ਪਿੰਡ ਆਈਆਂ ਅੱਜ ਤੱਕ ਸੋ ਆਹ ਇਤਿਹਾਸ ਹੈ ਪਿੰਡ ਦੀ ਪੰਚਾਇਤ ਪਹਿਲੀ ਕਿਵੇਂ ਬਣਦੀ ਹੈ ਸਾਡੇ ਪਿੰਡ ਛੋਟਾ ਸੀ ਤਿੰਨ ਪਿੰਡਾਂ ਦੀ ਇਕੱਠੀ ਪੰਚਾਇਤ ਬਣੀ ਸਾਡੇ ਪਿੰਡ ਦਾ ਸਰਪੰਚ ਬਣਿਆ ਉਹਨੇ 25 ਸਾਲ ਕਿਵੇਂ ਸਰਪੰਚ ਕੀਤੀ ਕਦੇ ਵੋਟਾਂ ਹੀ ਨਹੀਂ ਪਈਆਂ ਸਲ ਸੰਮਤੀ ਨਾਲ ਸਰਪੰਚ ਬਣਦੀ ਰਹੀ ਪੰਚਾਇਤ ਬਣਦੀ ਰਹੀ ਫਿਰ ਪਿੰਡ ਦੇ ਵਿੱਚ ਬਿਜਲੀ ਕਿਵੇਂ ਆਉਂਦੀ ਐ ਪਿੰਡ ਦੇ ਵਿੱਚ ਖੂਹਾਂ ਤੋਂ ਬਾਅਦ ਟਿਊਬਵਲ ਕਿਵੇਂ ਲੱਗਦੇ ਨੇ ਪਹਿਲਾਂ ਟਿਊਬਵਲ ਕਿਹਦਾ ਲੱਗਦਾ ਸੋ ਸਾਡੇ ਪਿੰਡ ਦੀਆਂ ਸੁਆਣੀਆਂ ਨੂੰ ਖੂਹਾਂ ਤੋਂ ਪਾਣੀ ਢੋਣਾ ਜਾਂ ਹੋਰ ਤਰੱਦਤ ਕਰਨੇ ਪੈਂਦੇ ਸੀ ਕਿਉਂਕਿ ਪਹਿਲਾਂ ਮਿਹਨਤ ਮੁਸ਼ਕਲ ਜ਼ਿਆਦਾ ਸੀ ਉਹ ਸਾਰੇ ਜਿਹੜੀ ਬਾਰਤਲਾ ਪਿੰਡ ਦਾ ਭਾਈਚਾਰਾ ਕਿਵੇਂ ਸੀ ਆਪਸ ਵਿੱਚ ਲੋਕ ਕਿਵੇਂ ਮਿਲ ਕੇ ਰਹਿੰਦੇ ਸੀ ਲੋਕ ਮਿਲ ਸੋ ਪਿੰਡ ਦੇ ਵਿੱਚ ਪਹਿਲਾ ਫੌਜਦਾਰੀ ਕੇਸ ਕਿਵੇਂ ਹੋਇਆ ਲੜਦੇ ਨਹੀਂ ਸੀ ਲੋਕ ਸਾਰੇ ਫੈਸਲੇ ਪਿੰਡ ਦੇ ਪਿੰਡ ਦੀ ਪੰਚਾਇਤੀ ਕਰ ਲੈਂਦੀ ਸੀ ਸੋ ਇਹੋ ਜਿਹੀਆਂ ਕਈ ਯੂਨਿਕ ਚੀਜ਼ਾਂ ਸੀ ਜਿਹੜੀਆਂ ਫਿਰ ਮੈਂ ਉਹ ਕਿਤਾਬ ਚ ਦਰਜ ਕੀਤੀਆਂ ਤਾਂ ਉਹ ਲੱਗਦਾ ਹੈ ਜੀ ਤੁਸੀਂ ਦਾ ਨਾਮ ਜਿਹੜਾ ਵਿਰਾਸਤੀ ਪੜਾਣਾ ਹੈ ਵਿਰਾਸਤੀ ਪੜਾਣਾ ਦਾ ਨਾਮ ਰੱਖਿਆ ਜੀ ਆ ਗੱਲ ਕੀਤੀ ਹੈ ਤੁਹਾਡੀ ਸਾਹਿਤਕ ਰੁਚੀ ਦੀ ਇਸ ਦੇ ਨਾਲ ਨਾਲ ਪੰਜਾਬੀ ਬੋਲੀ ਨੂੰ ਪਰਫੁੱਲਿਤ ਕਰਨ ਦੇ ਲਈ ਪੰਜਾਬੀ ਕਲਾਕਾਰਾਂ ਨੂੰ ਪਰਫੁੱਲਿਤ ਕਰਨ ਦੇ ਲਈ ਆ ਪਫਟਾ ਨਾਂ ਦੀ ਜਿਹੜੀ ਐਸੋਸੀਏਸ਼ਨ ਆ ਉਹਦੇ ਤੁਸੀਂ ਜਨਰਲ ਸੈਕਟਰੀ ਵੀ ਹੋ ਉਹਦੇ ਬਾਰੇ ਜਾਣਨਾ ਚਾਹਾਂਗੇ ਇਹ ਮੈਂ ਜਦੋਂ ਬੰਬੇ ਰਹਿੰਦਾ ਸੀ ਜੀ ਉੱਥੇ ਨਾ ਹੰਗਲ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਹੰਗਲ ਸਾਹਿਬ ਇੱਕ ਇਹ ਹੰਗਲ ਜੀ ਹੁਣ ਬੁੰਨੇ ਚ ਨਹੀਂ ਰਹੇ ਜੀ ਬੜੀ ਅੱਛੀ ਉਹਨਾਂ ਦੀ ਦੇਣ ਹੈ ਕਿਉਂਕਿ ਉਹ ਥੀਏਟਰ ਤੋਂ ਪਰਸਨੈਲਿਟੀ ਡਿਵੈਲਪ ਹੋ ਕੇ ਅੱਥ ਤੱਕ ਪਹੁੰਚੀ ਜੀ ਮਤਲਬ ਉਹਨਾਂ ਦੇ ਛੋਟੇ ਛੋਟੇ ਡਾਇਲੋਗ ਸ਼ੋਲੇ ਫਿਲਮ ਵਰਗੇ ਇੱਕ ਭਾਈ ਸਰਨਾਟਕ ਕਿਉਂ ਹੈ ਜੀ ਬੜੀ ਅੱਛੀ ਪਰਸਨੈਲਿਟੀ ਸੀ ਉਹ ਬੰਦਾ ਜੋ ਅੰਦਰੋਂ ਬਾਹਰੋਂ ਇੱਕ ਬੰਦਾ ਸੀ ਜੋ ਕਹਿੰਦਾ ਸੀ ਉਹੀ ਸਾਰਾ ਕੁਝ ਸੀ ਸੋ ਇਸ ਕਰਕੇ ਜਦੋਂ ਉਹਨਾਂ ਨੂੰ ਮਿਲਦਾ ਹੁੰਦਾ ਸੀ ਉਹਨਾਂ ਨੇ ਗੱਲਾਂ ਕਰਨੀਆਂ ਕਿ ਬੇਟਾ ਯਹਾਂ ਪੇ ਸੰਟਾ ਨਾਮ ਕੀ ਇੱਕ ਸੰਸਥਾ ਹੈ ਕਲਾਕਾਰ ਇੱਕ ਪਲੇਟਫਾਰਮ 'ਤੇ ਇਕੱਠੇ ਹੁੰਦੇ ਹਨ ਜੀ ਉਹ ਬਾਤਾਂ ਕਰਦੇ ਹਨ ਇੱਕ ਦੂਸਰੇ ਕੀ ਫੇਬਰ ਮੇ ਬਾਤਾਂ ਕਰਦੇ ਹਨ ਇੱਕ ਦੂਸਰੇ ਇੱਕ ਦੁੱਖ ਸੁਖ ਮੇ ਸ਼ਰੀਕ ਹੁੰਦੇ ਹਨ ਜੀ ਸੋ ਮੈਨ ਲੱਗੇ ਪਰਿਚੰਗੀ ਕਰ ਲੈ ਮੈਨ ਲੱਗੇ ਆ ਵੀ ਜਿਹੜਾ ਇੱਕ ਕਰੈਕਟਰ ਆਰਟਿਸਟ ਹੈ ਜੀ ਚਲੋ ਜਿਹੜਾ ਇੱਕ ਵੱਡਾ ਸੈਲੀਬ੍ਰਿਟੀ ਕੋਈ ਹੀਰੋ ਜਾਂ ਹੀਰੋਇਨ ਹੈ ਜੋ ਪ੍ਰੋਡਿਊਸਰ ਹੈ ਕੋਈ ਡਾਇਰੈਕਟਰ ਹੈ ਉਹ ਕਾਫੀ ਸਾਰੀ ਰਾਸ਼ੀ ਜ਼ਿੰਦਗੀ ਜਿਉਣ ਲਈ ਜੋੜ ਕੇ ਰੱਖ ਸਕਦਾ ਹੈ ਪਰ ਜੇ ਕਰੈਕਟਰ ਆਰਟਿਸਟ ਹੈ ਜਦੋਂ ਉਹਨੂੰ ਕੰਮ ਮਿਲਣਾ ਬੰਦ ਹੋ ਜਾਂਦਾ ਹੈ ਤਾਂ ਉਹਦੇ ਲਈ ਇੱਕ ਵੱਡੀ ਪ੍ਰੋਬਲਮ ਹੁੰਦੀ ਹੈ ਉਹਨੂੰ ਕੋਈ ਮੋਰਲ سپورਟ ਦੀ ਲੋੜ ਹੁੰਦੀ ਹੈ ਪੈਸਿਆਂ ਦੇ ਨਾਲ ਮੋਰਲ سپورਟ ਵੀ ਚਾਹੀਦੀ ਹੈ ਦੂਜੀ ਗੱਲ ਇਹ ਹੁੰਦੀ ਹੈ ਕਿ ਜੇ ਕੋਈ ਕੈਰੇਕਟਰ ਆਰਟਿਸਟ ਹੈ ਉਹਦੇ ਸ਼ੂਟਿੰਗ ਕਰਨ ਦੌਰਾਨ ਕੋਈ ਸੱਟ ਲੱਗ ਜਾਂਦੀ ਹੈ ਜੀ ਤਾਂ ਫਿਰ ਪ੍ਰੋਡਿਊਸਰ ਕਹਿੰਦਾ ਵੀ ਮੈਂ ਤਾਂ ਸੱਟ ਨਹੀਂ ਮਾਰੀ ਤੇਰੇ ਤੂੰ ਆਪਣੇ ਕੰਮ ਕਰ ਨਾ ਸੀ ਤੇਰੀ ਗੰਗਲੀ ਗੰਗਲੀ ਕਰਕੇ ਬੱਜੀ ਪਰ ਉਹ ਬੰਦੇ ਦੀ ਰੋਜੀ ਰੋਟੀ ਦਾ ਸੋਰਸ ਉਹੀ ਹੈ ਸੋ ਮੈਨੂੰ ਲੱਗਿਆ ਕਿ ਲੋਕਾਂ ਨੂੰ ਇਕੱਠੇ ਕਰਨਾ ਚਾਹੀਦਾ ਹੈ ਫਿਰ ਅ ਲਗਭਗ 2011 ਦੇ ਵਿੱਚ ਇਕੱਠੇ ਹੋਣਾ ਸ਼ੁਰੂ ਹੋਏ ਤਾਂ 2013 ਦੇ ਵਿੱਚ ਆ ਕੇ ਸਾਡੀ ਸੰਸਥਾ ਜਿਹੜੀ ਪੰਜਾਬੀ ਫਿਲਮ ਐਂਡ ਟੈਲੀਵਿਜ਼ਨ ਐਕਟਰਸ ਐਸੋਸੀਏਸ਼ਨ ਜੀ ਉਹ ਹੋਂਦ ਵਿੱਚ ਆਈ ਮਿਸਟਰ ਜੀਐਸ ਚੀਮਾ ਬੀਬੀ ਵਰਮਾ ਸ਼ਵੇਂਦਰ ਮਾਹਲ ਜੀ ਦਵਿੰਦਰ ਦਮਨ ਜੀ ਸੋ ਸਾਰੇ ਕੁਝ ਪੁਰਾਣੇ ਐਸੇ ਲੋਕ ਸੀ ਪਰਮਜੀਤ ਪੰਗੂਹਰੀ ਬੋਬੀ ਕਈ ਐਦਾਂ ਲੋਕ ਇਕੱਠੇ ਹੋ ਕੇ ਇੱਕ ਐਸੋਸੀਏਸ਼ਨ ਬਣੀ ਸੋ ਅੱਜਕੱਲ ਉਹਦੇ ਪ੍ਰਧਾਨ ਕਰਮਜੀਤ ਅਨਮੋਲ ਨੇ ਗੁਰਪ੍ਰੀਤ ਖੁੱਗੀ ਸਾਡੇ ਸਰਪ੍ਰਸਤ ਨੇ ਪਹਿਲਾਂ ਮਾਣ ਗੁੱਗੂ ਗੇਲੀ ਸਾਡੇ ਚੇਅਰਮੈਨ ਨੇ ਸੋ ਗੁਰਪ੍ਰੀਤ ਖੁੱਗੀ ਭਾਜੀ 18 ਦੇ ਵਿੱਚ ਸਾਡੇ ਪ੍ਰਧਾਨ ਬਣੇ ਸੀ ਸੋ ਸਾਨੂੰ ਬੜਾ ਹੁਲਾਰਾ ਮਿਲਿਆ ਸਾਨੂੰ ਸਾਰੇ ਕਲਾਕਾਰ ਟੈਲੀਵਿਜ਼ਨ ਤੇ ਸਿਨੇਮਾ ਦੇ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਤੇ ਅਸੀਂ ਕਾਮਯਾਬ ਹੋਏ ਹਾਂ ਇਹਦੇ ਵਿੱਚ ਅਸੀਂ ਆਪਣਾ ਕਲਚਰ ਪ੍ਰਮੋਟ ਕਰਸਣ ਦੇ ਕਰਦੇ ਹਾਂ ਆਪਣੀ ਬੋਲੀ ਨੂੰ ਪ੍ਰਮੋਟ ਕਰਦੇ ਹਾਂ ਕਿਉਂਕਿ ਹੁਣ ਸਿਨੇਮਾ ਫੈਲਿਆ ਹੈ ਹੁਣ ਸਿਨੇਮਾ ਪੂਰੀ ਦੁਨੀਆ ਚ ਗਿਆ ਹੈ ਜਿੱਥੇ ਜਿੱਥੇ ਸਾਡੇ ਬੱਚੇ ਮਾਈਗ੍ਰੇਟ ਹੋ ਕੇ ਬਾਹਰ ਪੜਨ ਗਏ ਉੱਥੇ-ਉੱਥੇ ਨਾਲ ਸਿਨੇਮਾ ਵੀ ਜਿਹੜੇ ਬੰਦੇ ਪੰਜਾਬ ਤੋਂ ਬਾਹਰ ਅਦਰ ਕੰਟਰੀਜ਼ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਕਲਚਰ ਦੀ ਭੁੱਖ ਹੈ ਸਾਨੂੰ ਪੰਜਾਬ ਦੇਖਣ ਦੀ ਭੁੱਖ ਹੈ ਉਹ ਸਿਨੇਮਾ ਪੂਰੀ ਕਰਦਾ ਹੈ ਬਹੁਤ ਖੂਬ ਐਦਾਂ ਸਸਤਾ ਬਹੁਤ ਵਧੀਆ ਉਪਰਾਲਾ ਹੈ ਔਰ ਅੱਜ ਅਸੀਂ ਦੂਰਦਰਸ਼ਨ ਦੇ ਵੇੜੇ ਵਿੱਚ ਬੈਠੇ ਆ ਔਰ ਦੂਰਦਰਸ਼ਨ ਤੇ ਵੀ ਤੁਸੀਂ ਬਹੁਤ ਸਾਰੇ ਜਿਹੜੇ ਸੀਰੀਅਲ ਕੀਤੇ ਨੇ ਕੋਈ ਦੂਰਦਰਸ਼ਨ ਦੀ ਯਾਦ ਇਹ ਗੱਲ ਕਰਨੀ ਲਾਜ਼ਮੀ ਬਣ ਜਾਂਦੀ ਹੈ ਜੀ 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 ਦੂਰਦਰਸ਼ਨ ਦੇ ਜੀ ਬਹੁਤ ਸਾਰੇ ਪ੍ਰੋਗਰਾਮ ਕੀਤੇ ਸੋ ਉਦੋਂ ਤਾਂ ਚਾਹ ਹੁੰਦਾ ਸੀ ਵੱਡਾ ਕਿ ਤੁਸੀਂ ਟੈਲੀਵਿਜ਼ਨ ਤੇ ਆਉਂਗੇ ਕਿਵੇਂ ਦੇਖੋਗੇ ਕਿਉਂਕਿ ਵੱਡੀ ਗੱਲ ਹੁੰਦੀ ਸੀ ਹਰਬੰਦੀ ਟੈਲੀਵਿਜ਼ਨ ਦੀ ਕਿਉਂਕਿ ਦੂਰਦਰਸ਼ਨ ਇੱਕ ਐਸਾ ਸਾਡਾ ਮਾਧਿਅਮ ਹੈ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰ ਪੈਦਾ ਕੀਤੇ ਜਿਨ੍ਹਾਂ ਨੇ ਬਹੁਤ ਸਾਰੇ ਟੈਕਨੀਸ਼ੀਅਨਸ ਪੈਦਾ ਕੀਤੇ ਜਿਨ੍ਹਾਂ ਨੇ ਦੂਜੇ ਜਿਹੜੇ ਪ੍ਰਾਈਵੇਟ ਚੈਨਲ ਵੀ ਖੋਲੇ ਉਹਨਾਂ ਨੂੰ ਉਹਨਾਂ ਨੇ ਇਥੋਂ ਸਿੱਧ ਲੈ ਕੇ मतलब बावखट्टी क्योंकि दूरदर्शन ਦੀ ਪ੍ਰੋਗਰਾਮ ਸੀ ਜਿਨ੍ਹਾਂ ਨੂੰ ਉਹਨਾਂ ਨੂੰ ਮੋਡੀਫਾਈ ਕਰਕੇ ਉਹਨੂੰ ਥੋੜਾ ਬਹੁਤ ਅੱਗੇ ਪਿੱਛੇ ਕਰਕੇ ਉਹਨਾਂ ਨੇ ਪ੍ਰੋਗਰਾਮ ਬਣਾਏ ਸੋ ਬੜਾ ਚੰਗਾ ਤੇਰ ਬਰ ਰਿਹਾ ਮੈਂ ਸਮਝਦਾ ਕਿ ਸਾਨੂੰ ਸਾਡੀ ਕਲਾ ਨੂੰ ਵਧਾਉਣ ਫੁੱਲਾਉਣ ਦੇ ਵਿੱਚ ਦੂਰਦਰਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ ਮੈਨੂੰ ਕੱਲੇ ਨੂੰ ਨਹੀਂ ਬਹੁਤ ਸਾਰੇ ਆਰਟਿਸਟਾਂ ਨੂੰ ਅੱਜ ਵੀ ਜਦੋਂ ਅਸੀਂ ਸ਼ੂਟਿੰਗ ਤੇ ਕਿਤੇ ਫ੍ਰੀ ਹੋਈਏ ਜਾਂ ਕਿਸੇ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਹੋਈਏ ਜਾਂ ਇਤੇ ਗੱਲਬਾਤ ਕਰਦੇ ਆ ਗੁਰਪ੍ਰੀਤ ਖੁੱਗੀ ਹਰਨਾ ਨਾਲ ਗੱਲਬਾਤ ਕਰਦੇ ਆ ਬਲਵਿੰਦਰ ਬਿੱਕੀ ਜੀ ਹਰਨਾ ਨਾਲ ਗੱਲਬਾਤ ਕਰਦੇ ਆ ਸਾਡੇ ਜਿਹੜੇ ਬਹੁਤ ਪੁਰਾਣੇ ਆਰਟਿਸਟ ਨੇ ਈਵਨ ਕਿ ਮਲਕੀਸ਼ ਸਿੰਘ ਗੋਲਡਨ ਸਟਾਰ ਯੂਕੇ ਮੈਂ ਇੰਗਲੈਂਡ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਸੋ ਬਹੁਤ ਸਾਰੇ ਇਹੋ ਜਿਹੇ ਆਰਟਿਸਟ ਨੇ ਜਿਨ੍ਹਾਂ ਨਾਲ ਮੈਂ ਗੱਲ ਕਰਦੇ ਮੈਂ ਪੁੱਛਦਾ ਹੁੰਦਾ ਸੀ ਭਾਜੀ ਤੁਸੀਂ ਕਿੱਥੋਂ ਸ਼ੁਰੂ ਕੀਤਾ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਸਾਨੂੰ ਤਾਂ ਦੂਰਦਰਸ਼ਨ ਇੱਕ ਪਲੇਟਫਾਰਮ ਦਿੱਤਾ ਉੱਥੋਂ ਅਸੀਂ ਅੱਗੇ ਵਧ ਕੇ ਇੱਥੇ ਤੱਕ ਪਹੁੰਚੇ ਆ ਸੋ ਮੇਰਾ ਵੀ ਬੜਾ ਚੰਗਾ ਤਯਾਰਬਾ ਮੈਂ ਹਮੇਸ਼ਾ ਰਿਣੀ ਆ ਦੂ ਸਜਤਾ ਜੀ ਦੂਦਰਸ਼ਨ ਨੂੰ ਆ ਗੱਲ ਕਰਦੇ ਆ ਜਿਵੇਂ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਭੂਮਿਕਾ ਨਿਭਾਈ ਐ ਚਾਹੀਐ ਸੀ ਕੁਝ ਫਿਲਮਾਂ ਦੀ ਜੇ ਮੈਂ ਗੱਲ ਕਰਨ ਲੱਗਾ ਅਰਦਾਸ ਕਰਾਂ ਦਾਣਾ ਪਾਣੀ ਕਾਕੇ ਦਾ ਵਿਆ ਇਸ ਤੋਂ ਇਲਾਵਾ ਸੀਰੀਅਲ ਵੀ ਬਹੁਤ ਸਾਰੇ ਨੇ ਕੋਈ ਫੇਵਰਟ ਡਾਇਲੋਗ ਤੁਹਾਡਾ ਕਿਉਂਕਿ ਡਾਇਲੋਗਸ ਤਾਂ ਬਹੁਤ ਸਾਰੇ ਹੋਣਗੇ ਕਿਉਂਕਿ ਦਰਸ਼ਕਾਂ ਨੇ ਕਿਹਾ ਹੈ ਕਿ ਇੰਨੇ ਵਧੀਆ ਆਰਟਿਸਟ ਨੂੰ ਬੁਲਾ ਕੇ ਤੇ ਡਾਇਲੋਗ ਨਹੀਂ ਕੋਈ ਸੁਣਿਆ ਤੇ ਗੱਲ ਨਹੀਂ ਬਣੀ ਸੋ ਕੋਈ ਡਾਇਲੋਗ ਕੋਈ ਵੀ ਡਾਇਲੌਗ ਮੈਂ ਸਨਾਧਨਾ ਜੀ ਪਰ ਮੈਂ ਡਾਇਲੌਗ ਤੋਂ ਪਹਿਲੇ ਤੁਹਾਨੂੰ ਡਾਇਲੌਗ ਨਾਲ ਸੰਬੰਧਤ ਗੱਲ ਸੁਣਾਉਣਾ ਚਾਹੁੰਦਾ ਕਹਿੰਦੇ ਵੀ ਇੱਕ ਵਾਰ ਮੁਹੰਮਦ ਸਦੀਕ ਜੀ ਸਾਡੇ ਬੜੇ ਰਿਗਾਰਡਡ ਪਰਸਨੈਲਿਟੀ ਨੇ ਪੰਜਾਬ ਦੀ ਜੀ ਉਹ ਕਹਿੰਦੇ ਫੋਰਨ ਕੰਟਰੀ ਚ ਕਿਤੇ ਗਏ ਤੇ ਕਿਤੇ ਸ਼ਾਮ ਨੂੰ ਕਿਸੇ ਨੇ ਬੁਲਾਇਆ ਵੀ ਸਾਡੇ ਘਰ ਤੇ ਡਿਨਰ ਕਰਨ ਲਈ ਆਉਣਾ ਤੇ ਉਹ ਡਿਨਰ ਕਰਨ ਲਈ ਬੈਠੇ ਕੋਈ ਬੰਦਾ ਆਇਆ ਕਹਿੰਦਾ ਜੀ ਸਦੀਕ ਸਾਹਿਬ ਜੀ ਕਹਿੰਦੇ ਹਾਂਜੀ ਕਹਿੰਦਾ ਹੋ ਜੇ ਫਿਰ ਕਹਿੰਦੇ ਕੀ ਹੋ ਜੇ ਜੀ ਕਹਿੰਦੇ ਜੀਤ ਹੋ ਜੇ ਰੋਟੀ ਖਾਂਦੇ ਸੀ ਉਹ ਕਹਿੰਦੇ ਬਹਿ ਜਾ ਕਹਿੰਦੇ ਕੀ ਕੰਮ ਕਰਦੇ ਹੋ ਤੁਸੀਂ ਜੀ ਕਹਿੰਦਾ ਜੀ ਮੈਂ ਟਰਾਂਸਪ ਜੀ ਅੱਛਾ ਤੁਹਾਨੂੰ ਟਰੱਕ ਨੇ ਥੋੜੇ ਕਹਿੰਦਾ ਆਪਣੇ ਕਹਿੰਦਾ ਹਾਈ ਟ੍ਰਾਂਸਪੋਰਟ ਸਾਡੀ ਆਪਣੀ ਕਹਿੰਦਾ ਅੱਛਾ ਕਹਿੰਦਾ ਟਰੱਕ ਚ ਲੈ ਕੇ ਦਿਖਾਓ ਜੀ ਉਹ ਕਹਿੰਦਾ ਜਨਾਬ ਆਪਾਂ ਡ੍ਰੈਗ ਰੂਮ ਚ ਬੈਠੇ ਇੱਥੇ ਡਿਨਰ ਕਰ ਰਹੇ ਇੱਥੇ ਟਰੱਕ ਕੇ ਮੇਜ ਲੈ ਕੇ ਦਿਖਾਈਏ ਕਹਿੰਦਾ ਫਿਰ ਇਹੀ ਗੱਲ ਹੁੰਦੀ ਪੁੱਤਰਾ ਵੀ ਜਦੋਂ ਨਾ ਕਿਸੇ ਨੇ ਗਾਉਣਾ ਆ ਉਹਦੇ ਲਈ ਸਾਜੀ ਸਤੇਜ ਸਾਰਾ ਕੁਝ ਚਾਹੀਦਾ ਹੁੰਦਾ ਮਾਹੌਲ ਚਾਹੀਦਾ ਹੁੰਦਾ ਸੋ ਕਿਉਂਕਿ ਇੱਕ ਹੁੰਦਾ ਮਜਾਈਆ ਕਲਾਕਾਰ ਮਿਮਿਕਰੀ ਕਲਾਕਾਰ ਅਸੀਂ ਕੈਰੈਕਟਰ ਆਰਟਿਸਟਾਂ ਸਾਨੂੰ ਉਹਜਾ ਮਾਹੌਲ ਦਿੱਤਾ ਜਾਂਦਾ ਸਾਨੂੰ ਸਮਝਾਇਆ ਜਾਂਦਾ ਕਿ ਤੁਸੀਂ ਹਜੇ ਕਰੈਕਟਰ 'ਚ ਕੰਮ ਕਰਨਾ ਵੈਸੇ ਮੇਰੀ ਇੱਕ ਫਿਲਮ ਆਈ ਸੀ ਬੰਬੂ ਕਾਰਟ ਉਹ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤੀ ਸੋ ਉਸ ਤੋਂ ਬਿਨਾ ਮੈਂ ਤੁਹਾਨੂੰ ਇੱਕ ਦੱਸਦਾ ਕਿ ਮੇਰੀ ਅਰਦਾਸ ਫਿਲਮ ਇੱਕਾਈ 2016 ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਿਆਰ ਦਿੱਤਾ ਮੈਂ ਕਈ ਵਾਰ ਆਪ ਸੋਚਦਾ ਹੁੰਦਾ ਹਾਂ ਜਦੋਂ ਲੋਕ ਮਿਲਦੇ ਨੇ ਬਹੁਤ ਮਾਣਾ ਮੁਹੀ ਪਿਆਰ ਦਿੰਦੇ ਨੇ ਮੈਨੂੰ ਐ ਲੱਗਦਾ ਕਿ ਲੋਕਾਂ ਦੇ ਪਿਆਰ ਦਾ ਮੁੱਲ ਅਸੀਂ ਕਿਵੇਂ ਤਾਰਾਂਗੇ ਜੀ ਸੋ ਉਹ ਜਿਹੜੀ ਅਰਦਾਸ ਫਿਲਮ ਸੀ ਗਿੱਪੀ ਗਰੇਵਾਲ ਅਰਦਾਸ ਫਿਲਮ ਦੇ ਵਿੱਚ ਪਹਿਲੀ ਵਾਰ ਐਜ਼ ਅ ਨਿਰਦੇਸ਼ਕ ਦੇ ਰੂਪ 'ਚ ਸਾਹਮਣੇ ਆਇਆ ਸੀ ਸੋ ਜਦੋਂ ਉਹਨੂੰ ਮੈਨੂੰ ਬੁਲਾਇਆ ਫਿਲਮ ਦੀ ਗੱਲ ਕਰਨ ਲਈ ਮੈਨੂੰ ਕਹਿੰਦੇ ਰੌਣੀ ਸਾਹਿਬ ਤੁਹਾਡੇ ਲਈ ਇੱਕ ਕੈਰੈਕਟਰ ਹੈ ਬਹੁਤ ਲੰਬਾ ਕੈਰੈਕਟਰ ਹੈ ਫਿਲਮ ਦੇ ਵਿੱਚ ਜੀ ਮੈਂ ਮੈਂ ਕਹਿੰਦੀ ਬਹੁਤ ਖੁਸ਼ੀ ਦੀ ਗੱਲ ਹੈ ਧੰਨਵਾਦ ਤੁਸੀਂ ਮੈਨੂੰ ਇਹ ਲੰਬਾ ਕੈਰੈਕਟਰ ਦੇ ਰਹੇ ਹੋ ਪਰ ਕਹਿੰਦੇ ਇੱਕ ਗੱਲ ਹੈ ਮੈਂ ਕਹਾਂ ਜੀ ਉਹ ਕੀ ਕਹਿੰਦੇ ਡਾਇਲੋਗ ਕੋਈ ਨਹੀਂ ਮੈਂ ਕਹਾਂ ਇਹ ਕੀ ਗੱਲ ਹੋਈ ਬਹੁਤ ਲੰਬਾ ਕੈਰੈਕਟਰ ਕਹਿੰਦੇ ਤੁਹਾਨੂੰ ਪਤਾ ਲੱਗੂਗਾ ਤੁਸੀਂ ਦੱਸੋ ਕਹਿੰਦੇ ਕਰਾਂਗਾ ਕਿ ਨਹੀਂ ਕਰਾਂਗਾ ਮੈਂ ਨਾ 2-3 ਸੈਕਿੰਡ ਦਾ ਪਾਜ਼ ਲਿਆ ਉਹਨੂੰ ਕੁਝ ਕਹਾ ਤੇ ਉਹ ਕਹਿੰਦੇ ਪਰ ਇੱਕ ਗੱਲ ਸੁਣ ਲਓ ਬੀ ਜੇ ਤੁਸੀਂ ਇਹ ਕਰੈਕਟਰ ਲਈ ਨਾ ਕਰ ਦਿੰਦੇ ਹੋ ਜੀ ਅਸੀਂ ਇਹ ਕਰੈਕਟਰ ਹੋਰ ਕਿਸੇ ਤੋਂ ਨਿਕਰੋਣਾ ਕਿਉਂਕਿ ਤੁਹਾਨੂੰ ਸੋਚ ਕੇ ਲਿਖਿਆ ਜੀ ਇਸ ਕਰਕੇ ਤੁਹਾਡੇ ਨਾਲ ਗੱਲ ਕੀਤੀ ਸਭ ਤੋਂ ਪਹਿਲਾਂ ਜੀ ਮੱਖਾ ਜੇ ਤੁਸੀਂ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਫਿਰ ਤਾਂ ਮੈਂ ਹੀ ਕਰੂੰਗਾ ਜੀ ਸੋ ਉਹ ਜਦੋਂ ਅਸੀਂ ਫਿਲਮ ਸ਼ੂਟ ਕਰ ਰਹੇ ਸੀ 2016 ਦੇ ਵਿੱਚ ਅ ਰਿਲੀਜ਼ ਹੋਈ ਉਹ ਜੀ ਤਾਂ ਉਹ ਫਿਲਮ ਦੇ ਵਿੱਚ ਮੇਰਾ ਕਰੈਕਟਰ ਇਹ ਸੀ ਕਿ ਇੱਕ ਬੰਦਾ ਪੜਿਆ ਲਿਖਿਆ ਸਾਰਾ ਕੁਝ ਜਾਣਦਾ ਹੈ ਤੇ ਉਹ ਬੰਦਾ ਮੱਝ ਤੇ ਬੈਠਾ ਸਾਰੀ ਫਿਲਮ ਦੇ ਵਿੱਚ ਮੱਝ ਨੂੰ ਪਹਿਲਾਂ ਟ੍ਰੇਨ ਕੀਤਾ ਗਿਆ ਮੈਂ ਰੋਜ਼ ਮੱਝ ਨਾਲ ਆਉਂਦਾ ਸੀ ਟ੍ਰੇਨ ਕਰਦੇ ਸੀ ਤਾਂ ਉਸ ਫਿਲਮ ਦੇ ਵਿੱਚ ਸ਼ੂਟਿੰਗ ਕਰਦੇ ਕਰਦੇ ਕਿ ਡਾਇਲੋਗ ਬਣਿਆ ਮੈਂ ਤੁਹਾਨੂੰ ਉਹ ਡਾਇਲੋਗ ਸੁਣਾਉਣਾ ਬੋਲ ਕੇ ਜੀ ਜੀ ਉਹ ਡਾਇਲੋਗ ਸੀਗਾ ਏ ਮੈਨ ਇਟਸ ਟਾਈਮ ਇੰਸਟਾਗ੍ਰam ਐਂਡ ਸਨੈਪਚੈਟ ਯੂ ਨੋ ਸੋ ਜਿਹੋ ਜ ਮੇਰੇ ਵੇਸ਼ ਪੁੱਛਿਆ ਸੀ ਲੋਕਾਂ ਨੇ ਕਿ ਇਹ ਬੰਦਾ ਅੰਗਰੇਜ਼ੀ ਬੋਲ ਸਕਦਾ ਜੀ ਸੋ ਮੈਂ ਜਦੋਂ ਆਪ ਮਹਿਸੂਸ ਕੀਤਾ ਸਿਨੇਮਾ ਦੇ ਵਿੱਚ ਬਹਿ ਕੇ ਦੇਖਿਆ ਲੋਕਾਂ ਨੇ ਬਹੁਤ ਕੂਕਾਂ ਤਾੜੀਆਂ ਮਾਰੀਆਂ ਮੈਨੂੰ ਲੱਗੇ ਵਿੱਚ ਮੈਂ ਏਡੀ ਏਡੀ ਫਾਸ ਗੱਲ ਕਰਤੀ ਸੀ ਕੋਈ ਜੀ ਸੋ ਐਦਾਂ ਜ਼ਿੰਦਗੀ ਦੇ ਵਿੱਚ ਥੋੜੇ ਬਹੁਤ ਸਾਰੇ ਡਾਇਲੌਗਸ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਲੋਕ ਬਾਰ-ਬਾਰ ਸੁਣਨਾ ਪਸੰਦ ਕਰਦੇ ਨੇ ਮੈਂ ਫੋਰਨ ਕੰਟਰੀ ਬਿਜਨੀਸ ਵਰ ਗਿਆ ਲੋਕਾਂ ਨੇ ਆਹ ਡਾਇਲੌਗ ਕਹਿੰਦੇ ਅਰਦਾਸ ਵਾਲੇ ਡਾਇਲੌਗਸ ਨਾ ਹੁੰਦੇ ਸੀ ਜੀ ਬਿਲਕੁਲ ਬਹੁਤ ਖੂਬ ਅ ਚੱਕਾ ਚਾਂਦ ਵਾਲੀ ਦੁਨੀਆ ਹੈ ਫਿਲਮੀ ਦੁਨੀਆ ਜੋ ਬੱਚੇ ਇਸ ਲਾਈਨ ਚਾਉਣਾ ਚਾਹੁੰਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਅ ਦੇਖੋ ਅੱਜ ਜਮਾਨਾ ਬਹੁਤ ਫ ਜੀ ਅੱਜ ਸਮਾਂ ਬਹੁਤ ਤੇਜ਼ੀ ਨਾਲ ਵਗਦਾ ਜਾ ਰਿਹਾ ਹੈ ਸਮਾਂ ਤਾਂ ਕਹਿੰਦੇ ਵੈਸੇ ਵੀ ਕਿਸੇ ਦੀ ਵੇਟ ਨਹੀਂ ਕਰਦਾ ਪਰ ਜਿਹੜੇ ਜ਼ਮਾਨਿਆਂ 'ਚ ਅਸੀਂ ਲੋਕ ਆਏ ਆ ਜਾਂ ਸਭ ਤੋਂ ਪਹਿਲੇ ਸਾਡੇ ਵੱਡੇ ਸੀਨੀਅਰਸ ਲੋਕ ਆਏ ਨੇ ਉਹ ਬਹੁਤ ਮਿਹਨਤ ਕਰਦੇ ਸੀ ਉਹਨਾਂ ਕੋਲ ਸਮਾਂ ਬਹੁਤ ਸੀ ਸਾਡੇ ਕੋਲ ਵੀ ਸਮਾਂ ਬਹੁਤ ਸੀ ਇੱਕ ਵਾਰ ਮੈਂ ਤੁਹਾਨੂੰ ਗੱਲ ਸੁਣਾਉਣੀ ਸ਼ੂਟਿੰਗ ਕਰਦੇ ਸੀ ਕੋਈ ਗੁਰਪ੍ਰੀਤ ਖੁੱਗੀ ਭਾਜੀ ਬੈਠੇ ਤੇ ਮੈਨੂੰ ਇੱਕ ਮੁੰਡਾ ਕਹਿੰਦਾ ਆਕੇ ਕਹਿੰਦਾ ਜੀ ਮੈਂ ਵੀ ਐਕਟਿੰਗ ਕਰਨੀ ਚਾਹੁੰਦਾ ਮੈਂ ਐਕਟਿੰਗ ਦਾ ਸ਼ੌਂਕ ਰੱਖਦਾ ਮੈਂ ਬੜੇ ਸੋਹਣੇ ਚੁਟਕਲੇ ਸੁਣਾ ਦਿੰਦਾ ਮੈਂ ਤੇ ਤੁਸੀਂ ਮੈਨੂੰ ਮੌਕਾ ਦਿਓ ਜੀ ਮੈਂ ਕਹਿੰਦਾ ਤੁਸੀਂ ਪਹਿਲਾਂ ਕੁਝ ਕੀਤਾ ਹੋਗਾ ਨਾ ਮੈਂ ਕੁਝ ਨਹੀਂ ਕੀਤਾ ਜੀ ਮੈਂ ਕਹਿੰਦਾ ਵੀ ਘੁੱਗੀ ਭਾਈ ਜੀ ਦੱਸੋ ਮੁੰਡੇ ਨੂੰ ਗਾਈਡ ਕਰੋ ਜੀ ਇਹਨੂੰ ਜੀ ਘੁੱਗੀ ਭਾਈ ਜੀ ਕਹਿੰਦੇ ਕਾਕਾ ਜੀ ਵੀ ਇਹ ਨਾ ਬੇਸ ਬਣਾਉਣਾ ਹੁੰਦਾ ਵੀ ਤੁਸੀਂ ਕੋਈ ਥੀਏਟਰ ਗਰੁੱਪ ਜੁਆਇਨ ਕਰ ਲਓ ਤੁਸੀਂ ਸਕੂਲ ਕਾਲਜ ਮੌਕੇ ਵੀ ਕੁਝ ਨਹੀਂ ਕੀਤਾ ਜੀ ਵੀ ਤੁਸੀਂ ਪਹਿਲਾਂ ਉੱਥੇ ਪ੍ਰੈਕਟਿਸ ਕਰੋ ਜੀ ਤਾਂ ਕਿ ਇਹ ਤੁਹਾਨੂੰ ਜ਼ਿੰਦਗੀ ਮੌਕਾ ਦੇਵੇ ਤੁਸੀਂ ਉੱਥੇ ਆਪਣਾ ਬੈਸਟ ਦਿਓ ਜੀ ਉਹ ਕਹਿੰਦਾ ਜੀ ਥੀਏਟਰ ਫੂਟਰ ਦਾ ਬਹੁਤ ਔਖਾ ਹੈ ਕਿਹੜੇ ਮੀਨਾ ਮੀਨਾ ਡੇਡ ਡੇਡ ਮੀਨਾ ਰੇਸ ਨਾ ਕਰੀ ਜਾਵੇ ਜੀ ਘੁੱਗੀ ਭਾਈ ਜੀ ਕਹਿੰਦੇ ਫਿਰ ਮੇਰੇ ਕੋਲ ਐਕਟਿੰਗ ਦੇ ਕੈਪਸ ਕੋਈ ਵੀ ਤੁਸੀਂ ਕੰਮ ਕਰਨਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਤਿਆਰ ਹੋ ਕੇ ਆਉਣਾ ਚਾਹੀਦਾ ਹੈ ਜੀ ਤੁਹਾਨੂੰ ਪੂਲ ਤਿਆਰੀ ਦੇ ਨਾਲ ਆਉਣਾ ਚਾਹੀਦਾ ਹੈ ਤਾਂ ਕਿ ਜ਼ਿੰਦਗੀ ਤੁਹਾਨੂੰ ਮੌਕਾ ਦੇਵੇ ਤੇ ਤੁਸੀਂ ਆਪਣਾ ਬੈਸਟ ਕਰਕੇ ਦਿਖਾਓ ਕਈ ਵਾਰ ਜ਼ਿੰਦਗੀ ਤੁਹਾਨੂੰ 80% ਮੌਕਾ ਦਿੰਦੀ ਹੈ ਜੀ ਤੇ ਤੁਸੀਂ ਉੱਥੇ 100% ਕਰੋ ਉਸ ਮੌਕੇ ਨੂੰ ਸਾਂਭ ਲੈਣੇ ਹੋ ਜੀ ਪਰ ਜਦੋਂ ਜ਼ਿੰਦਗੀ ਤੁਹਾਨੂੰ ਮੌਕਾ ਦੇਣ ਦੀ ਤੁਹਾਡਾ ਕੰਮ ਛੋਟਾ ਰਹਿੰਦਾ ਥੋੜਾ ਕੰਮ 30% ਹੁੰਦਾ ਹੈ ਜ਼ਿੰਦਗੀ ਤੁਹਾਨੂੰ 80% ਮੌਕਾ ਦੇ ਦਿੰਦੀ ਹੈ ਉੱਥੇ ਗੱਲ ਨਹੀਂ ਬਣਦੀ ਇਸ ਕਰਕੇ ਫਿਰ ਕਈ ਵਾਰ ਲੋਕ ਫਰਸਟ੍ਰੇਟ ਹੁੰਦੇ ਨੇ ਬਹੁਤ ਕੁਝ ਹੁੰਦਾ ਸੋ ਆਪਣੇ ਆਪ ਨੂੰ ਤੁਸੀਂ ਕਿਸੇ ਵੀ ਲੈ ਤੇ ਹਰ ਲਾਈਨ ਨੂੰ ਬੰਦੇ ਵੀ ਚਾਹੀਦੇ ਨੇ ਜਿਵੇਂ ਤੁਹਾਨੂੰ ਕੰਮ ਚਾਹੀਦੇ ਹਰ ਲਾਈਨ ਨੂੰ ਬੰਦੇ ਚਾਹੀਦੇ ਨੇ ਸੋ ਸਾਰਿਆਂ ਲਈ ਵੈਲਕਮ ਹੈ ਇਸ ਲਾਈਨ ਨੂੰ ਪਹਿਲਾਂ ਸਮਝੋ ਕਿ ਲਾਈਨ ਕੀ ਹੈ ਕਿਸ ਤਰ੍ਹਾਂ ਕੰਮ ਹੁੰਦਾ ਹੈ ਇਦਾਂ ਅਕੀ ਬਦਨਾ ਚਾਹੀਦਾ ਜਾਂਦੇ ਜਾਂਦੇ ਮੈਸੇਜ ਦੇਣਾ ਜੀ ਅ ਮੈਂ ਤਾਂ ਮੈਸੇਜ ਦੇਣ ਦੇ ਖਰਾਕ ਆਪਣੇ ਮਨ ਕਾਬਲ ਨਹੀਂ ਸਮਝਦਾ ਪਰ ਮੈਂ ਇੱਕ ਗੱਲ ਹਮੇਸ਼ਾ ਜਿਹੜੀ ਕਰਦਾ ਹੁੰਦਾ ਉਹ ਮੈਂ ਕਹਿਣੀ ਚਾਹੁੰਦਾ ਤੁਹਾਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਸਿਨੇਮਾ ਤੇ ਟੈਲੀਵਿਜ਼ਨ ਸਾਡੇ ਕੋਲ ਦੋ ਸਾਧਨ ਐਸੇ ਨੇ ਜੀ ਜਿਹੜੇ ਸਾਡੇ ਕਲਚਰ ਨੂੰ ਪ੍ਰੋਮੋਟ ਕਰਦੇ ਨੇ ਸਾਡੀ ਬੋਲੀ ਨੂੰ ਮਾਂ ਬੋਲੀ ਨੂੰ ਪ੍ਰੋਮੋਟ ਕਰਦੇ ਨੇ ਸੋ ਇਹਨਾਂ ਦੇ ਨਾਲ ਜੁੜਨਾ ਇਹਨਾਂ ਨੂੰ ਦੇਖਣਾ ਤੇ ਇਹਨਾਂ ਤੇ ਆਪਣਾ ਕਮੈਂਟ ਕਰਨਾ ਬੜੀ ਜ਼ਰੂਰੀ ਗੱਲ ਹੈ ਕਿਉਂਕਿ ਸਾਡੇ ਵਿਦਵਾਨਾਂ ਨੇ ਜਿੰਨਾ ਗਿਆਨ ਹਾਸਲ ਕੀਤਾ ਕਿਤਾਬਾਂ ਦੀ ਰਾਹੀਂ ਉਹ ਕਿਤਾਬਾਂ ਲਿਖ ਕੇ ਇਸ ਦੁਨੀਆ ਚੋਂ ਚਲੇ ਗਏ ਕਿਤਾਬਾਂ ਲਾਇਬ੍ਰੇਰੀ ਵਿੱਚ ਪਈਆਂ ਤੇ ਸਾਡੇ ਬੱਚਿਆਂ ਕੋਲ ਲਾਇਬ੍ਰੇਰੀ ਵਿੱਚ ਜਾਣ ਦਾ ਸਮਾਂ ਨਹੀਂ ਹੈ ਜੀ ਇਸ ਕਰਕੇ ਅੱਜ ਜਿਹੜਾ ਉਹ ਲਿਟਰੇਚਰ ਸਾਡੇ ਕੋਲ ਪਿਆ ਹੈ ਉਹ ਇੰਨਾ ਕੁਛ ਵਿਦਵਾਨਾਂ ਦਾ ਰਚਿਆ ਹੋਇਆ ਪਿਆ ਉਹਨੂੰ ਸਿਨੇਮਾ ਤੇ ਟੈਲੀਵਿਜ਼ਨ ਅਗਲੀਆਂ ਜਨਰੇਸ਼ਨ ਤੱਕ ਪਹੁੰਚਾ ਸਕਦੇ ਨੇ ਸੋ ਇਹ ਬਹੁਤ بڑا ਸਾਧਨ ਹੈ ਇਹਨੂੰ ਤੁਸੀਂ ਮਾਮੂਲੀ ਗੱਲਾਂ ਸਮਝੋ ਕਿ ਹਰ ਕੋਈ ਬੰਦਾ ਕੰਮ ਕਰ ਸਕਦਾ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ ਸਿੱਕੇਸ ਲੈਂਚ ਆਓ ਤੁਸੀਂ ਕਲਚਰ ਬਾਰੇ ਗੱਲ ਕਰਨ ਜਾ ਰਹੇ ਹੋ ਤੁਹਾਡਾ ਕੁਝ ਬੋਲਿਆ ਹੋਇਆ ਤੁਹਾਡਾ ਕੁਝ ਕੀਤਾ ਹੋਇਆ ਕੱਲ ਨੂੰ ਇਤਿਹਾਸ ਬਣਨਾ ਹੈ ਸੋ ਤੁਹਾਡੀ ਬੋਲੀ ਮਾਂ ਬੋਲੀ ਦਾ ਸਵਾਲ ਹੈ ਤੁਹਾਡੇ ਕਲਚਰ ਦਾ ਸਵਾਲ ਹੈ ਇਸ ਕਰਕੇ ਤੁਹਾਨੂੰ ਇਹਨੂੰ ਸੀਰੀਅਸ ਲੈਣਾ ਚਾਹੀਦਾ ਜੀ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਸ਼ੁਕਰੀਆ ਜੀ